18 ਸਾਲ ਦੀ ਏਜ ਦੇ ਵਿੱਚ ਹੀ ਆਪਾਂ ਬਿਮਾਰੀਆਂ ਨਾਲ ਘਿਰ ਗਏ। ਜਦੋਂ ਆਪਾਂ ਪੀਕ ਏਜ ਹੋਊਗੀ ਆਪਣੀ, ਜਦੋਂ ਜਵਾਨੀ ਜਿਹਨੂੰ ਕਹਿੰਦੇ ਜਵਾਨੀ ਚੜ੍ਹਨਾ, ਜਦੋਂ ਆਪਣੇ ਤੇ ਜਵਾਨੀ ਚੜ੍ਹੂਗੀ ਉਦੋਂ ਆਪਾਂ ਕੀ ਕਰਾਂਗੇ ਅੱਗੇ ਜਾ ਕੇ। ਬਿਲਕੁਲ, ਇਸੇ ਕਰਕੇ ਮੈਂ ਆਪਣੇ ਸ਼ੁਰੂ ਤੋਂ ਆਪਣਾ ਡ੍ਰੀਮ ਹੋਣਾ, ਜੇ ਮੈਂ ਯੰਗ ਜਿੰਨੇ ਵੀ ਮੁੰਡੇ ਕੁੜੀਆਂ, ਮੈਂ ਉਹਨਾਂ ਨੂੰ ਇਹੀ ਦੱਸਣਾ ਚਾਹੁੰਦਾ ਵਾਂ ਕਿ ਅੱਗੇ ਜਾ ਕੇ ਜੇ ਆਪਾਂ ਸੋਚਿਆ ਵਾ ਕਿ ਵਧੀਆ ਫਿਟਨੈਸ ਅਚੀਵ ਕਰਨ ਦਾ, ਤੇ ਆਪਾਂ ਨੂੰ ਸ਼ੁਰੂ ਤੋਂ ਨਾ ਆਪਣੇ ਮਾਇੰਡ ਦੇ ਵਿੱਚ ਪਹਿਲਾਂ ਇਮੇਜ ਬਣਾਉਣੀ ਚਾਹੀਦੀ ਕਿ ਹਾਂ ਆਪਾਂ ਕਿਸ ਲੈਵਲ ਦੇ ਆਪਣੇ ਆਪ ਨੂੰ ਦੇਖਣਾ ਚਾਹੁੰਦੇ ਹਾਂ। ਕੁੜੀਆਂ ਕਿੰਨੀਆਂ ਫਿੱਟ ਆ ਅੱਜ ਟਾਈਮ ਦੇ ਵਿੱਚ, ਮੁੰਡੇ ਇੰਨੇ ਫਿੱਟ ਨਹੀਂ ਹੈਗੇ। ਇਸ ਕਰਕੇ ਮੈਂ ਕਹਿਣਾ ਚਾਹੁੰਦਾ ਜਿੱਦਾਂ ਕੁੜੀਆਂ ਫਿੱਟ ਆ ਨਾ, ਜਿੱਦਾਂ ਗਰਲਸ ਅੱਗੇ ਵੱਧ ਰਹੀਆਂ ਉਦਾਂ ਮੁੰਡਿਆਂ ਨੂੰ ਵੀ ਅੱਗੇ ਵਧਣਾ ਚਾਹੀਦਾ, ਤੇ ਕੁੜੀਆਂ ਮੇਨਟੇਨ ਕਰ ਲੈਂਦੀਆਂ ਆਪਣੀ ਬੋਡੀ, ਮੁੰਡਿਆਂ ਤੋਂ ਨਹੀਂ ਹੁੰਦੀ। ਸਾਡੇ ਅਸੀਂ ਇੱਦਾਂ ਦੇ ਕੁਛ ਖਾਸ ਗੱਲਾਂ ਵੀ ਸੁਣਦੇ ਹਾਂ ਨਾ, ਕੁਝ ਸਾਹਮਣੇ ਵੀ ਆ ਜਾਂਦਾ ਕਿ ਜਿਮ ਗਿਆ ਸੀ ਮੁੰਡਾ, ਹਾਲਾਂਕਿ ਘਰੋਂ ਖਾ ਪੀ ਕੇ ਗਿਆ ਸੀ ਲੇਕਿਨ ਫਿਰ ਵੀ ਪਤਾ ਨਹੀਂ ਉੱਥੇ ਕੀ ਹੋਇਆ, ਉਹਨੂੰ ਅਟੈਕ ਆ ਗਿਆ, ਹਾਰਟ ਅਟੈਕ ਆ ਗਿਆ। ਏਦਾਂ ਕਿਉਂ ਹੋ ਰਿਹਾ, ਜਿਮ 'ਚ ਇਹ ਚੀਜ਼ਾਂ ਬਹੁਤ ਨਿਕਲ ਕੇ ਆ ਰਹੀਆਂ ਰੋਜ਼ ਹੀ ਰੋਜ਼। ਹਾਰਟ ਅਟੈਕ, ਦੇਖੋ ਮੈਮ, ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਦੇ ਹਾਰਟ ਅਟੈਕਸ ਦੀ, ਵੀ ਜਿਮ 'ਚ ਇੰਨੇ ਹਾਰਟ ਅਟੈਕਸ ਕਿਉਂ ਆ ਰਹੇ ਆ। ਦੇਖੋ ਅੱਜ ਕੱਲ੍ਹ ਬਹੁਤ ਜ਼ਿਆਦਾ ਨਿਊਜ਼ ਵਾਇਰਲ ਹੋ ਰਹੀਆਂ ਕਿ ਹਾਂ ਯਾਰ ਜਿਮ ਗਿਆ ਸੀਗਾ, ਫਿੱਟ ਸੀਗਾ, ਬਸ ਟ੍ਰੈਡਮਿਲ 'ਤੇ ਕਾਰਡੀਓ ਕਰਦਾ ਪਿਆ ਸੀਗਾ ਜਾਂ ਜਸਟ ਰਨਿੰਗ ਕਰਦਾ ਪਿਆ, ਇਸਦੇ ਚੱਲਦੇ ਚੱਲਦੇ ਹਾਰਟ ਅਟੈਕ ਆ ਗਿਆ। ਇਹਦਾ ਕੀ ਮੇਨ ਰੀਜ਼ਨ ਹੋ ਸਕਦਾ ਹਾਰਟ ਅਟੈਕ ਆਉਣ ਦਾ? ਦੇਖੋ ਸਭ ਤੋਂ ਵੱਡੀ ਗੱਲ, ਕੋਈ ਕਿਸੇ ਨੂੰ ਦੱਸਦਾ ਨਹੀਂ ਹੁੰਦਾ, ਫੇਕ ਸਪਲੀਮੈਂਟਸ ਵੀ ਆਪਾਂ ਬਹੁਤ ਲੈਂਦੇ ਹਾਂ। ਫੇਕ ਸਪਲੀਮੈਂਟਸ ਲੈਣਾ, ਘਰੋਂ ਆਪਾਂ ਫੇਕ ਸਪਲੀਮੈਂਟ ਖਾਧਾ ਕੁਛ, ਜਾਂ ਮੰਨ ਲਓ ਕੁਝ ਵੀ ਖਾਧਾ, ਐਜ਼ ਏ ਕਰਡੀਨ ਲੈ ਲਓ ਜਾਂ ਕੁਝ ਵੀ ਲੈ ਲਓ, ਗੇਨਾ ਲੈ ਲਓ, ਪ੍ਰੋਟੀਨ ਲੈ ਲਓ, ਜਦੋਂ ਆਪਾਂ ਫੇਕ ਸਪਲੀਮੈਂਟਸ ਲੈਂਦੇ ਤੁਸੀਂ ਓਰੀਜਨਲ ਕੁਛ ਨਹੀਂ ਲੈ ਰਹੇ, ਤੁਸੀਂ ਨਾ ਓਰੀਜਨਲ ਸਪਲੀਮੈਂਟ ਲੈ ਰਹੇ ਹੋ, ਨਾ ਕੁਝ ਲੈ ਰਹੇ ਹੋ, ਪ੍ਰੋਪਰ ਡਾਇਟ ਨਹੀਂ ਫੋਲੋ ਕਰਦੇ ਪਏ, ਕੁਝ ਨਹੀਂ ਕਰਦੇ ਪਏ, ਅਤੇ ਤੁਹਾਡੀ ਬੋਡੀ ਕਿੱਦਾਂ ਸਹਾਰਦੇਗੀ? ਨਮਸਕਾਰ, ਹਾਜ਼ਰਾਂ ਪ੍ਰੋਗਰਾਮ ਦਾ ਟੋਕ ਸ਼ੋਅ ਲੈ ਕੇ ਅੱਜ ਅਸੀਂ ਗੱਲਬਾਤ ਕਰਾਂਗੇ ਜੀ ਫਿਟਨੈਸ ਬਾਰੇ। ਅੱਜ ਦੇ ਸਮੇਂ ਵਿੱਚ ਹਰ ਕੋਈ ਚਾਹੁੰਦਾ ਹੈ ਕਿ ਮੈਂ ਸੋਹਣਾ ਦਿਖਾਂ, ਮੇਰੀ ਬੋਡੀ ਬਹੁਤ ਸੋਹਣੀ ਹੋਵੇ, ਜਾਂ ਫਿਰ ਮੈਂ ਜਿਮ ਚਲਾ ਜਾਵਾਂ ਅਤੇ ਜਾਂ ਮੇਰੇ ਜਿਹੜੇ ਸੀ ਕਹਿੰਦੇ ਆ ਬੋਡੀ ਦੇ ਵਿੱਚ ਜੋ ਐਕਟੀਵਿਟੀ ਹੁੰਦੀ ਹੈ ਉਹ ਆਪਣੇ ਆਪ ਹੋਣ ਲੱਗ ਜਾਣ, ਪਰ ਉਹ ਹੁੰਦੀਆਂ ਕਿਵੇਂ ਨੇ? ਉਹਨਾਂ ਲਈ ਮਿਹਨਤ ਕਰਨੀ ਪੈਂਦੀ ਹੈ, ਕੁਝ ਖਾਸ ਜਿਮ ਟ੍ਰੇਨਰ ਦੇ ਕੋਲ ਜਾਣਾ ਪੈਂਦਾ ਹੈ, ਫਿਟਨੈਸ ਟ੍ਰੇਨਰ ਦੇ ਕੋਲ ਜਾਣਾ ਪੈਂਦਾ ਹੈ, ਜਿਹੜੀ ਉਹ ਤੁਹਾਨੂੰ ਐਕਸਰਸਾਈਜ਼ ਦੱਸਦੇ ਨੇ ਉਹਨਾਂ ਐਕਸਰਸਾਈਜ਼ ਵੱਲ ਗੌਰ ਕਰਨੀ ਪੈਂਦੀ ਹੈ, ਅਤੇ ਜੇ ਅਸੀਂ ਐਕਸਰਸਾਈਜ਼ ਕਰਾਂਗੇ ਤਾਂ ਸੋਹਣੇ ਵੀ ਦਿਖਾਂਗੇ। ਅਤੇ ਆਓ ਅੱਜ ਇਸੇ ਰਿਲੇਟਡ ਗੱਲ ਕਰਨ ਜਾ ਰਹੇ ਹਾਂ ਜੀ, ਸਾਡੇ ਸਟੂਡੀਓ ਵਿੱਚ ਪਹੁੰਚ ਚੁੱਕੇ ਨੇ ਮਿਸਟਰ ਸੌਰਵ ਕੁਮਾਰ ਜੀ, ਜੋ ਕਿ ਪ੍ਰੋਫੈਸ਼ਨਲ ਫਿਟਨੈਸ ਟ੍ਰੇਨਰ ਦੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ ਸੌਰਵ ਜੀ, ਸਭ ਤੋਂ ਪਹਿਲਾਂ ਹੈ ਕਿ ਤੁਸੀਂ ਦੱਸੋ ਠੀਕ ਠਾਕ ਹੋ? ਜੀ ਮੈਮ, ਆਈ ਐਮ ਆਲ ਵੈਲ, ਮੈਂ ਠੀਕ ਹਾਂ। ਕਹਿੰਦੇ ਨੇ ਹੈਲਥ ਸਹੀ ਹੈ, ਵੈਲਥ ਸਹੀ ਹੈ, ਅਤੇ ਜਿਮ ਜ਼ਰੂਰ ਜਾਣਾ ਚਾਹੀਦਾ, ਬਾਡੀ ਜ਼ਰੂਰ ਬਣਾਉਣੀ ਚਾਹੀਦੀ ਹੈ। ਸਭ ਤੋਂ ਪਹਿਲਾਂ ਤਾਂ ਤੁਸੀਂ ਸਾਨੂੰ ਆਪਣੇ ਬਾਰੇ ਦੱਸੋ ਜੀ, ਤੁਸੀਂ ਖੁਦ ਕਿੰਨੇ ਸਮੇਂ ਤੋਂ ਇਸ ਪ੍ਰੋਫੈਸ਼ਨ ਨਾਲ ਜੁੜੇ ਹੋਏ ਹੋ? ਦੇਖੋ ਮੈਂ ਸ਼ੁਰੂ ਤੋਂ ਨਾ ਪ੍ਰੋਫੈਸ਼ਨ ਇਸੇ ਲਾਈਨ ਦੇ ਵਿੱਚ ਪਿਆ ਹੋਇਆ ਵਾਂ, ਫਿਟਨੈਸ ਦੇ ਲਾਈਨ ਦੇ ਵਿੱਚ। ਜਦੋਂ ਮੇਰੀ ਏਜ 16 ਸਾਲ ਦੀ ਸੀਗੀ ਉਸੇ ਟਾਈਮ ਹੀ ਮੈਂ ਫਿਟਨੈਸ ਲਾਈਨ 'ਚ ਪੈ ਗਿਆ ਸੀਗਾ। ਹਾਂਜੀ, 16 ਸਾਲ ਦੇ ਵਿੱਚ ਜੇ ਅੱਜ ਦੀ ਅਸੀਂ ਗੱਲ ਕਰੀਏ ਨਵੀਂ ਪੀੜ੍ਹੀ ਦੀ, ਤੇ ਮੈਨੂੰ ਲੱਗਦਾ 16ਵੇਂ ਸਾਲ ਵਿੱਚ ਜਾਂ ਤਾਂ ਉਹਨਾਂ ਨੂੰ ਪਿਆਰ ਮੁਹੱਬਤ ਵਰਗੀਆਂ ਗੱਲਾਂ ਸੋਚਦੀਆਂ ਨੇ, ਤੇ ਜਾਂ ਫਿਰ ਜਿੱਦਾਂ ਦੀ ਅੱਜ ਦੀ ਜਨਰੇਸ਼ਨ ਹੈ ਉਹ ਨਸ਼ੇ ਵੱਲ ਜਾ ਰਹੀ ਹੈ, ਤੇ ਤੁਸੀਂ ਫਿਟਨੈਸ ਟ੍ਰੇਨਰ ਦੀ ਗੱਲ ਕਰ ਰਹੇ ਹੋ, ਮਤਲਬ ਆਪਣੀ ਫਿਟਨੈਸ ਬਾਰੇ ਆ ਰਹੇ ਹੋ, ਕਿੱਦਾਂ ਦਿਮਾਗ 'ਚ ਆਇਆ ਕਿ ਅਸੀਂ ਇੱਧਰ ਜਾਣਾ ਹੈ? ਮੈਂ ਮੈਮ ਅਚਾਨਕ ਨਾ ਇੰਸਟਾਗ੍ਰਾਮ 'ਤੇ ਰੀਲਸ ਦੇਖ ਰਿਹਾ ਸੀਗਾ, ਅਤੇ ਫਿਟਨੈਸ ਜਦੋਂ ਮੈਂ ਕਈਆਂ ਲੋਕਾਂ ਦੀ ਫਿਟਨੈਸ ਦੇਖਦਾ ਸੀਗਾ ਕਿ ਹਾਂ ਯਾਰ ਇਹ ਫਿੱਟ ਕਿੰਨਾ ਵਾ, ਮੈਂ ਵੀ ਇੱਦਾਂ, ਮੇਰਾ ਵੀ ਚਾਹਤ ਸੀ ਮੇਰੇ ਅੰਦਰ ਕਿ ਹਾਂ ਯਾਰ ਮੈਂ ਬਣਾ ਆਪਣਾ ਕਰਾਂ, ਆਪਣੀ ਲਾਈਫ ਦੇ ਵਿੱਚ ਕੁਝ ਆਪਣਾ ਅਚੀਵ ਕਰਾਂ, ਆਪਣੀ ਬੋਡੀ ਦਾ 100% ਦੇਵਾਂ। ਇਸੇ ਕਰਕੇ ਮੈਮ ਮੈਂ ਸ਼ੁਰੂ ਤੋਂ ਨਾ ਫਿਰ ਇਸ ਲਾਈਨ ਦੇ ਵਿੱਚ ਪੈ ਗਿਆ। ਮਤਲਬ ਤੁਸੀਂ ਜਿਹੜੀ ਤੁਹਾਡੀ ਮਤਲਬ ਇਨਸਪਾਇਰ ਹੋਏ ਹੋ ਉਹ ਇਹ WhatsApp ਤੋਂ ਜਾਂ ਫਿਰ
ਫੇਸਬੁੱਕ ਤੋਂ ਜਾਂ ਫਿਰ ਇੰਸਟਾਗ੍ਰਾਮ ਸੋਸ਼ਲ ਮੀਡੀਆ ਤੋਂ ਇੰਸਪਾਇਰ? ਬਹੁਤ ਵਧੀਆ ਗੱਲ ਹੈ, ਸੋਸ਼ਲ ਮੀਡੀਆ ਤੇ ਬਹੁਤ ਕੁਝ ਚੀਜ਼ਾਂ ਨੇ ਸਿੱਖਣ ਨੂੰ, ਜੇ ਅਸੀਂ ਸਿੱਖਣ ਵਾਲੇ ਹੋਈਏ ਤੇ ਸਿੱਖ ਕੇ ਦੇਖੋ। ਅੱਜ ਬਿਲਕੁਲ ਸਟੂਡੀਓ ਚ ਪਹੁੰਚੇ ਨੇ ਸੌਰਵ ਜੀ, ਇੰਸਟਾਗ੍ਰਾਮ ਤੋਂ ਸਿੱਖੇ ਹੋਏ ਨੇ, ਪਰ ਨਾਲ ਦੀ ਨਾਲ ਪੁੱਛਾਂਗੇ ਉਹਨਾਂ ਦੇ ਗੁਰੂ ਕੌਣ ਨੇ, ਕਿਉਂਕਿ ਕਹਿੰਦੇ ਨੇ ਗੁਰੂ ਬਿਨਾਂ ਗਤ ਨਹੀਂ ਤੇ ਸ਼ਾਹ ਬਿਨਾਂ ਪਤ ਨਹੀਂ। ਗੁਰੂ ਕੌਣ ਨੇ ਤੁਹਾਡੀ ਲਾਈਨ ਦੇ? ਮੈਮ ਮੇਰੇ ਕੋਚ ਆ ਸੁਚਿਤ ਮਿਨਾਸ ਜੀ ਆ ਜੀ। ਜੀ ਮੈਮ, ਸ਼ੁਰੂ ਤੋਂ ਮੈਂ ਉਹਨਾਂ ਦੀ ਫਿਟਨੈਸ ਦੇਖਦਾ ਹੁੰਦਾ ਸੀਗਾ, ਸ਼ੁਰੂ ਤੋਂ ਮੈਂ ਉਹਨਾਂ ਦੀ ਫਿਟਨੈਸ ਦੇਖਦਾ ਹੁੰਦਾ ਸੀਗਾ, ਔਰ ਉਹਨਾਂ ਵੱਲ ਦੇਖ ਕੇ ਮੈਨੂੰ ਲੱਗਦਾ ਹੁੰਦਾ ਕਿ ਨਹੀਂ ਯਾਰ, ਇਹ ਅਗਰ ਇਹ ਫਿੱਟ ਹੋ ਸਕਦੇ ਤੇ ਮੈਂ ਕਿਉਂ ਨਹੀਂ ਹੋ ਸਕਦਾ। ਠੀਕ ਹੈ, ਤਾਂ ਉਸੋ ਉਹਨਾਂ ਨੂੰ ਦੇਖ ਕੇ, ਉਹਨਾਂ ਤੋਂ ਇੰਸਪੀਰੇਸ਼ਨ ਲੈ ਕੇ ਹੀ ਮੈਂ ਇਸ ਲਾਈਨ ਦੇ ਵਿੱਚ ਪੈ ਗਿਆ। ਰੱਬ ਦਾ ਨਾਂ ਲੈ ਕੇ, ਜੇ ਰੱਬ ਤੋਂ ਬਿਨਾਂ ਤਾਂ ਕੁਝ ਨਹੀਂ ਹੋ ਸਕਦਾ ਇਸ ਲਾਈਨ 'ਚ। ਕਿਸਮਤ ਵੀ ਉਦੋਂ ਸਾਥ ਦਿੰਦੀ ਜਦੋਂ ਆਪਾਂ ਮਿਹਨਤ ਕਰਦੇ ਹਾਂ। ਮਿਹਨਤਾਂ ਨੂੰ ਹੀ ਰੰਗ ਲੱਗਦੇ ਆ ਜੀ, ਤੇ ਜਦੋਂ ਆਪਾਂ ਇਸ ਲਾਈਨ 'ਚ ਪੈਂਦੇ, ਮਿਹਨਤ ਆਪਾਂ ਬਹੁਤ ਕੀਤੀ ਇਸ ਲਾਈਨ 'ਚ, ਇਸੇ ਕਰਕੇ ਮੈਂ ਸ਼ੁਰੂ ਇਸ ਲਾਈਨ 'ਚ ਗਰੋ ਕਰਨਾ ਸ਼ੁਰੂ ਹੋ ਗਿਆ। ਜੀ ਮੈਮ, ਆਓ ਫਿਰ ਅਸੀਂ ਆਪਣੇ ਪੁਆਇੰਟ ਵੱਲ ਵੱਧਦੇ ਹਾਂ ਤੇ ਗੱਲ ਕਰਦੇ ਹਾਂ ਜੀ ਫਿਟਨੈਸ ਬਾਰੇ, ਤੇ ਅਸੀਂ ਆਪਣੇ ਆਪ ਨੂੰ ਫਿੱਟ ਕਿਵੇਂ ਰੱਖ ਸਕਦੇ ਹਾਂ? ਮੈਮ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਆਪ ਨੂੰ ਫਿੱਟ ਰੱਖਣ ਦਾ ਆਪਣਾ ਇੱਕ ਹੀ ਰੀਜ਼ਨ ਹੈ, ਇੱਕ ਹੀ ਆ ਕਿ ਆਪਣੇ ਤੋਂ ਕੋਈ ਰੀਜ਼ਨ ਹੋਣਾ ਚਾਹੀਦਾ ਆਪਣੇ ਆਪ ਨੂੰ ਫਿੱਟ ਰੱਖਣ ਦਾ। ਜਿੱਦਾਂ ਅੱਜ ਕੱਲ੍ਹ ਦਾ ਯੂਥ ਤੁਸੀਂ ਦੇਖਦੇ ਹੋ, 17-17 18-18 ਸਾਲ ਦੇ ਯੰਗ ਮੁੰਡੇ ਕੁੜੀਆਂ ਬਿਮਾਰੀਆਂ ਨਾਲ ਜੂਝ ਰਹੇ ਆ ਜੀ, ਜਿਨ੍ਹਾਂ 'ਚ ਦੇਖ ਕੇ ਲੱਗਦਾ ਕਿ ਹਾਂ ਯਾਰ ਬਿਲਕੁਲ ਆ, ਵੀ ਹੁਣ ਇਹਨਾਂ ਅੱਗੇ ਜਾ ਕੇ ਕੀ ਕਰਨਗੇ। 18 ਸਾਲ ਦੀ ਏਜ ਦੇ ਵਿੱਚ ਹੀ ਆਪਾਂ ਬਿਮਾਰੀਆਂ ਨਾਲ ਘਿਰ ਗਏ, ਜਦੋਂ ਆਪਾਂ ਪੀਕ ਏਜ ਹੋਊਗੀ ਆਪਣੀ, ਜਦੋਂ ਜਵਾਨੀ ਜਿਹਨੂੰ ਕਹਿੰਦੇ ਜਵਾਨੀ ਚੜ੍ਹਨਾ, ਜਦੋਂ ਆਪਣੇ ਤੇ ਜਵਾਨੀ ਚੜੂਗੀ ਉਦੋਂ ਆਪਾਂ ਕੀ ਕਰਾਂਗੇ ਅੱਗੇ ਜਾ ਕੇ। ਬਿਲਕੁਲ, ਇਸੇ ਕਰਕੇ ਮੈਂ ਆਪਣੇ ਸ਼ੁਰੂ ਤੋਂ ਆਪਣਾ ਡ੍ਰੀਮ ਹੋਣਾ, ਜੇ ਮੈਂ ਯੰਗ ਜਿੰਨੇ ਵੀ ਮੁੰਡੇ ਕੁੜੀਆਂ, ਮੈਂ ਉਹਨਾਂ ਨੂੰ ਇਹੀ ਦੱਸਣਾ ਚਾਹੁੰਦਾ ਵਾਂ ਕਿ ਅੱਗੇ ਜਾ ਕੇ ਜੇ ਆਪਾਂ ਸੋਚਿਆ ਵਾ ਕਿ ਵਧੀਆ ਫਿਟਨੈਸ ਅਚੀਵ ਕਰਨ ਦਾ, ਤੇ ਆਪਾਂ ਨੂੰ ਸ਼ੁਰੂ ਤੋਂ ਨਾ ਆਪਣੇ ਮਾਇੰਡ ਦੇ ਵਿੱਚ ਪਹਿਲਾਂ ਇਮੇਜ ਬਣਾਉਣੀ ਚਾਹੀਦੀ ਕਿ ਹਾਂ ਆਪਾਂ ਕਿਸ ਲੈਵਲ ਦੇ ਆਪਣੇ ਆਪ ਨੂੰ ਦੇਖਣਾ ਚਾਹੁੰਦੇ ਹਾਂ। ਬਿਲਕੁਲ, ਅਗਰ ਜਿਸ ਲੈਵਲ ਦੇ ਆਪਣੇ ਆਪ ਨੂੰ ਦੇਖਣਾ ਚਾਹੁੰਦੇ ਉਹੀ ਲੈਵਲ ਆਪਣੇ ਆਪ ਮਾਇੰਡ 'ਚ ਬਿਠਾਓ, ਉਹਨੂੰ ਹੀ ਲੈ ਕੇ ਅੱਗੇ ਵਧੀ ਜਾਓ। ਬਹੁਤ ਸੋਹਣੀ ਗੱਲ ਹੈ, ਤੁਹਾਡੀ ਲਾਈਫ ਦਾ ਇੱਕ ਟੀਚਾ ਹੁੰਦਾ ਹੈ ਜਿਸਨੂੰ ਤੁਸੀਂ ਮਿੱਥਦੇ ਹੋ ਕਿ ਮੈਂ ਇਸ ਮੁਕਾਮ ਤੇ ਪਹੁੰਚਣਾ ਹੈ। ਤੁਸੀਂ ਗੱਲਬਾਤ ਕੀਤੀ 17-18 ਸਾਲ ਦੇ ਬੱਚਿਆਂ ਦੀ, ਜੇ 17-18 ਸਾਲ ਦੀ ਗੱਲ ਕਰੀਏ ਤੇ ਅੱਜ ਦੇ ਜਿੱਦਾਂ ਅਸੀਂ ਕਹਿ ਲੈਂਦੇ ਕਿ ਜਿਹੜੇ 3 ਸਾਲ ਦੇ, 4 ਸਾਲ ਦੇ, 5 ਸਾਲ ਦੇ ਬੱਚੇ ਨੇ ਉਹਨਾਂ ਨੂੰ ਵੀ ਪ੍ਰੋਬਲਮ ਸ਼ੁਰੂ ਨੇ ਜੀ ਮੈਮ, ਉਹਨਾਂ ਦੀ ਆਈਸੈਟ ਵੀਕ ਨੇ, ਉਹਨਾਂ ਦੇ ਵਾਲ ਬੜੇ ਇੱਕਦਮ ਵਾਈਟ ਹੋ ਜਾਂਦੇ ਨੇ, ਹਨਾ, ਔਰ ਇਹ ਬਿਮਾਰੀਆਂ ਜੜ ਤੋਂ ਹੀ ਪੈਦਾ ਹੋ ਜਾਂਦੀਆਂ ਨੇ ਜੀ। ਅਸੀਂ ਕੀ ਕਹਿ ਸਕਦੇ ਕਿ ਸਾਡਾ ਖਾਣ ਪਾਣ ਨਹੀਂ ਸਹੀ? ਜੀ ਮੈਮ, ਡਾਇਟ ਬਹੁਤ ਇੰਪੋਰਟੈਂਟ ਆ, ਡਾਇਟ ਬਹੁਤ ਜ਼ਿਆਦਾ 100% ਨਾ ਡਾਇਟ ਹੀ ਹੈ ਤੁਹਾਡੀ ਜੀ, ਡਾਇਟ ਇੰਨੀ ਇੰਪੋਰਟੈਂਟ ਹੈ ਤੁਹਾਡਾ ਲਾਈਫ ਸਟਾਈਲ ਰਹਿਣ ਦਾ, ਉਹੀ ਤੁਹਾਡੇ ਤੈਅ ਕਰਦੀ ਆ ਤੁਸੀਂ ਮੋਟੇ ਹੋ, ਤੁਸੀਂ ਪਤਲੇ ਹੋ, ਤੁਹਾਡੀ ਡਾਇਟ ਨਹੀਂ ਸਹੀ, ਤੁਹਾਨੂੰ ਬਿਮਾਰੀਆਂ ਲੱਗਦੀਆਂ। ਜੰਕ ਫੂਡ ਲੋਕੀ ਕਿੰਨਾ ਖਾਂਦੇ ਆ, ਫਾਸਟ ਫੂਡ ਲੋਕੀ ਕਿੰਨਾ ਖਾਂਦੇ ਆ, ਤੇ ਆਪਾਂ ਫਾਸਟ ਫੂਡ ਖਾ ਰਹੇ ਹਾਂ, ਜੰਕ ਫੂਡ ਖਾ ਰਹੇ ਹਾਂ, ਤੇ ਬਾਅਦ ਚ ਆਪਾਂ ਉਮੀਦ ਰੱਖਦੇ ਹਾਂ ਕਿ ਆਪਾਂ ਫਿੱਟ ਰਹੀਏ, ਏਦਾਂ ਕਦੀ ਹੋ ਸਕਦਾ? ਕਦੀ ਵੀ ਨਹੀਂ ਹੋ ਸਕਦਾ। ਅਗਰ ਆਪਾਂ ਹੈਲਦੀ ਚੀਜ਼ਾਂ ਖਾਂਦੇ ਹਾਂ, ਫਰੂਟਸ ਖਾ ਰਹੇ ਹਾਂ, ਵੈਜੀਟੇਬਲਸ ਖਾ ਰਹੇ ਹਾਂ, ਬੋਇਲਡ ਸਬਜ਼ੀਆਂ ਖਾ ਰਹੇ ਹਾਂ, ਈਵਨਸ ਕਿ ਆਪਾਂ ਨਾਲ ਵਧੀਆ ਆਪਾਂ ਜਿਹਨੂੰ ਆਪਾਂ ਕਹਿੰਦੇ ਆ ਆਪਣਾ ਡਰਾਈ ਫਰੂਟਸ ਕਹਿ ਲਓ, ਦੇਸੀ ਖੁਰਾਕਾਂ ਜਿਹਨੂੰ ਕਹਿੰਦੇ, ਡਰਾਈ ਫਰੂਟਸ ਹੋ ਗਏ, ਬਦਾਮ ਹੋ ਗਏ, ਕਾਜੂ ਹੋ ਗਏ, ਅਖਰੋਟ ਹੋ ਗਏ, ਸਾਰਾ ਕੁਛ ਖਾ ਰਹੇ ਆਪਾਂ, ਤੇ ਆਪਾਂ ਕਿੱਦਾਂ ਨਹੀਂ ਫਿੱਟ ਰਹਾਂਗੇ? ਵਧੀਆ ਤਰੀਕੇ ਨਾਲ ਫਿੱਟ ਰਹਾਂਗੇ ਆਪਾਂ ਅਗਰ ਇੱਦਾਂ ਦੀ ਡਾਇਟ ਆਪਾਂ ਲੈਂਦੇ ਹਾਂ। ਅਗਰ ਆਪਾਂ ਉਹੀ ਡਾਇਟ ਲੈਂਦੇ ਹਾਂ ਕਿ ਨਹੀਂ ਜੰਕ ਫੂਡ ਮੈਂ ਖਾਣਾ ਆ, ਲਾਣੀ ਜਿਮ ਤੇ ਖਾਣੇ ਮੋਮੋਸ ਕਹਿੰਦੇ ਹੁੰਦੇ ਨਾ, ਲਾਣੀ ਜਿਮ ਤੇ ਖਾਣੇ ਮੋਮੋਸ, ਫਿਰ ਉਹ ਇੱਦਾਂ ਫਿੱਟ ਨਹੀਂ ਰਹਿ ਸਕਦੇ ਆਪਾਂ, ਕਦੀ ਨਹੀਂ ਰਹਿ ਸਕਦੇ। ਡਾਇਟ ਆਪਣੀ ਬਹੁਤ ਇੰਪੋਰਟੈਂਟ ਆ। ਬਿਲਕੁਲ ਹਾਂਜੀ, ਬਹੁਤ ਸੋਹਣੀ ਗੱਲ ਕਹੀ ਹੋਈ ਹੈ ਸੌਰਵ ਜੀ ਨੇ ਕਿ ਜੇ ਤੁਸੀਂ ਫਾਸਟ ਫੂਡ ਛੱਡੋਗੇ ਤਾਂ ਤੁਸੀਂ ਘਰੇਲੂ ਨੁਕਤੇ ਵੀ ਅਪਣਾਓਗੇ ਤਾਂ ਮੈਨੂੰ ਲੱਗਦਾ ਹੈ ਕਿ ਤੁਸੀਂ ਬਿਲਕੁਲ ਫਿੱਟ ਰਹਿੰਦੇ ਹੋ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਡਰਾਈ ਫਰੂਟ ਖਾਓ, ਫਰੂਟ ਖਾਓ, ਜਿਹੜੇ ਲੋਕ ਕਹਿੰਦੇ ਨਾ ਕਿ ਅਸੀਂ ਸਾਡੇ ਕੋਲ ਪੈਸੇ ਹੈ ਨਹੀਂ, ਅਸੀਂ ਇੰਨੀਆਂ ਮਹਿੰਗੀਆਂ ਚੀਜ਼ਾਂ ਨਹੀਂ ਖਾ ਸਕਦੇ, ਫਾਸਟ ਫੂਡ ਵੀ ਮੈਨੂੰ ਸਸਤਾ ਨਹੀਂ ਆਉਂਦਾ। ਜੀ ਮੈਮ, ਫਾਸਟ ਫੂਡ ਵੀ ਕਿੱਥੇ ਸਸਤਾ ਹੁੰਦਾ, ਸੱਚੀ ਨਹੀਂ ਸਸਤਾ। ਦੇਖੋ ਇੱਕ ਆਪਾਂ ਗੱਲ ਕਰਦੇ, ਜਸਟ ਇੱਕ ਕੇਲੇ ਜਿੱਦਾਂ ਆਪਣਾ ਬਨਾਨਾ ਸਿਆ, ਉਹਨਾਂ ਦੀ ਦਰਜਨ ਕੇਲੇ ਦੀ ਦਰਜਨ 50-60 ਰੁਪਏ ਦੀ ਆ ਜਾਂਦੀ ਹੈ। ਬਿਲਕੁਲ ਠੀਕ ਹੈ ਜੀ, ਤੇ ਲੋਕ ਆਪਾਂ ਰੇਹੜੀ ਤੇ ਖੜ ਕੇ 2-2 ਪਲੇਟਾਂ ਮੋਮੋਜ਼ ਖਾ ਜਾਂਦੇ ਹਾਂ,
ਜਬਾਨ ਦਾ ਚਸਕਾ ਜਿਹਨੂੰ ਕਹਿੰਦੇ ਜੀਵ ਦਾ ਚਸਕਾ ਕੀ ਆਪਾਂ ਨੂੰ ਜੀਵ ਦਾ ਚਸਕਾ ਲੱਗਾ ਹੋਇਆ ਕਿ ਨਹੀਂ ਯਾਰ ਛੱਡ ਪਰੇ ਸਾਡਾ ਜੋ ਟ੍ਰੇਨਰ ਸਾਨੂੰ ਬੋਲਦਾ ਬੋਲੀ ਜਾਂਦਾ ਸਾਡੇ ਘਰ ਦੇ ਜੋ ਸਾਨੂੰ ਬੋਲਦੇ ਬੋਲੀ ਜਾਣ ਦੋ ਅਸੀਂ ਬਸ ਆਪਣੀ ਸਾਡੇ ਟਾਈਮ ਆ ਸਾਡਾ ਖਾਣ ਦਾ ਟਾਈਮ ਅਸੀਂ ਜੋ ਮਰਜ਼ੀ ਖਾਣਾ ਕਿਉਂਕਿ ਸਾਡੇ ਜਵਾਨੀ ਆ ਚੜ੍ਹਦੀ ਜਵਾਨੀ ਇੱਦਾਂ ਹੀ ਹੁੰਦਾ ਜੀ ਚੜ੍ਹਦੀ ਜਵਾਨੀ ਦਾ ਰੰਗ ਹੁੰਦੇ ਆ ਵੀ ਹਾਂ ਨਹੀਂ ਯਾਰ ਮੈਂ ਸਭ ਕੁਛ ਕਰਕੇ ਦੇਖਾਂ ਪਰ ਆਪਣੇ ਆਪ ਨੂੰ ਫਿੱਟ ਵੀ ਰੱਖ ਕੇ ਦੇਖੋ ਨਾ ਜਦੋਂ ਆਪਣੇ ਆਪ ਨੂੰ ਤੁਸੀਂ ਫਿੱਟ ਰੱਖਣਾ ਸ਼ੁਰੂ ਕਰਤਾ ਤੁਹਾਨੂੰ ਲੱਗਣਾ ਕਿ ਨਹੀਂ ਯਾਰ ਮੈਂ ਆਪਣੀ ਬੋਡੀ ਦਾ ਬੈਸਟ ਵਰਜਨ ਆਪਣੇ ਆਪ ਚੋਂ ਕੱਢ ਰਿਹਾ ਆ ਬਿਲਕੁਲ ਬਿਲਕੁਲ ਹੁਣ ਜਦੋਂ ਤੁਸੀਂ ਆਪਣੀ ਬੋਡੀ ਚੋਂ ਬੈਸਟ ਵਰਜਨ ਕੱਢਦੇ ਹੋ ਨਾ ਤੇ ਤੁਹਾਨੂੰ ਆਪਣੇ ਆਪ ਦੇਖ ਕੇ ਖੁਸ਼ੀ ਹੁੰਦੀ ਆ ਜਿੰਨੇ ਵੀ ਆਪਣੇ ਮੁੰਡੇ ਯੰਗ ਕੁੜੀਆਂ ਦੇਖ ਰਹੇ ਆ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਜਦੋਂ ਆਪਣੀ ਬੋਡੀ ਦਾ ਤੁਸੀਂ ਬੈਸਟ ਵਰਜਨ ਕੱਢਦੇ ਹੋ ਤੁਹਾਨੂੰ ਆਪਣੀ ਬੋਡੀ ਵੱਲ ਦੇਖ ਖੁਸ਼ੀ ਹੁੰਦੀ ਕਿ ਨਹੀਂ ਯਾਰ ਇਸ ਤੋਂ ਮੈਂ ਅਲੱਗ ਆ ਬਿਲਕੁਲ ਇਹ ਇੰਨਾ ਮੋਟਾ ਆ ਇਹ ਇੰਨੀ ਮੋਟੀ ਆ ਮੈਂ ਇੰਨਾ ਫਿੱਟ ਆ ਇਹ ਇੰਨਾ ਪਤਲਾ ਆ ਮੈਂ ਇਹ ਸਕਿਨੀ ਆ ਠੀਕ ਹੈ ਕਿ ਨਹੀਂ ਤੇ ਆਪ ਜਦੋਂ ਆਪਾਂ ਫਿੱਟ ਰਹਿੰਦੇ ਨਾ ਫਿਰ ਆਪਣੇ ਨੂੰ ਦੇਖ ਕੇ ਖੁਸ਼ੀ ਹੁੰਦੀ ਕਿ ਹਾਂ ਯਾਰ ਮੈਂ ਜਿੱਥੇ ਮੈਂ ਸਟੈਂਡ ਕਰ ਰਿਹਾ ਬਹੁਤ ਵਧੀਆ ਲੈਵਲ ਤੇ ਸਟੈਂਡ ਕਰ ਰਿਹਾ ਕੋਈ ਦਿੱਕਤ ਨਹੀਂ ਮੈਨੂੰ ਅਕਸਰ ਅਸੀਂ ਇਹ ਗੱਲਾਂ ਵੀ ਸੁਣਦੇ ਹਾਂ ਜਦੋਂ ਅਸੀਂ ਕਹਿੰਦੇ ਕਿ ਮੈਂ ਮੋਟੀ ਤਾਂ ਕਰਕੇ ਕਿ ਮੇਰੇ ਫੈਮਿਲੀ ਦੇ ਵਿੱਚ ਸਾਰੇ ਮੋਟੇ ਨੇ ਕੁਛ ਏਦਾਂ ਵੀ ਹੁੰਦਾ ਨਹੀਂ ਮੈਮ ਏਦਾਂ ਤਾਂ ਕੁਛ ਨਹੀਂ ਹੁੰਦਾ ਏਦਾਂ ਸੱਚੀ ਕੁਛ ਨਹੀਂ ਹੁੰਦਾ ਕਿ ਹਾਂ ਵੀ ਮੈਂ ਮੋਟੀ ਇਸ ਕਰਕੇ ਏਦਾਂ ਮੈਂ ਕਹਿ ਦਵਾਂ ਮੈਂ ਤਗੜਾ ਇਸ ਕਰਕੇ ਮੇਰੀ ਫੈਮਿਲੀ ਸਾਰੇ ਤਗੜੇ ਆ ਏਦਾਂ ਮੈਮ ਕੁਛ ਨਹੀਂ ਹੁੰਦਾ ਸੱਚੀ ਦੱਸਾਂ ਇਹ ਬਹੁਤ ਮਤਲਬ ਮੇਨ ਗੱਲ ਹੈ ਮੈਂ ਕਈ ਵਾਰੀ ਕੁੜੀਆਂ ਮੁੰਡੇ ਕੋਲ ਇਹ ਚੀਜ਼ ਸੁਣੀ ਹੈ ਕਿ ਮੈਂ ਉਹਨਾਂ ਨੂੰ ਕਹਿੰਦੀ ਹਾਂ ਕਿ ਤੁਸੀਂ ਜਿਮ ਜਾਇਆ ਕਰੋ ਜਾਂ ਸਵੇਰ ਦੀ ਰਨਿੰਗ ਕਰਿਆ ਕਰੋ ਬਹੁਤ ਕੁਛ ਹੁੰਦਾ ਮੈਡੀਟੇਸ਼ਨ ਕਰੋ ਐਕਸਰਸਾਈਜ਼ ਕਰੋ ਹੈ ਨਾ ਤੇ ਆਪਣੇ ਵਰਕਆਊਟ ਵੱਲ ਧਿਆਨ ਦਿਓ ਤੇ ਉਹਨਾਂ ਦਾ ਫਿਰ ਕਹਿਣਾ ਇਹ ਹੁੰਦਾ ਕਿ ਨਹੀਂ ਸਾਡੇ ਘਰ ਦੇ ਵਿੱਚ ਸਾਰੇ ਇਸ ਤਰ੍ਹਾਂ ਦੇ ਆ ਤਾਂ ਕਰਕੇ ਅਸੀਂ ਵੀ ਇਸ ਤਰ੍ਹਾਂ ਦੇ ਆ ਮੈਮ ਆਪਾਂ ਆਪਣੀ ਬੋਡੀ ਦਾ ਸਟਰਕਚਰ ਆਪਾਂ ਤੈਅ ਕਰਦੇ ਹਾਂ ਕਿ ਕਿੱਦਾਂ ਦਾ ਬਣਾਉਣਾ ਆਪਾਂ ਕਿੱਦਾਂ ਆਪਾਂ ਫਿੱਟ ਰਹਿਣਾ ਉਹ ਆਪਣੇ ਤੇ ਡਿਪੈਂਡ ਕਰਦਾ ਹੋਰ ਕਿਸੇ ਤੇ ਨਹੀਂ ਡਿਪੈਂਡ ਕਰਦਾ ਅਗਰ ਕੋਈ ਮੇਰੇ ਸਾਹਮਣੇ ਕੋਈ ਕੋਈ ਵੀ ਮੋਟਾ ਆ ਅਗਰ ਉਹ ਮੋਟਾ ਜਾਂ ਮੇਰੀ ਫੈਮਿਲੀ ਚੋਂ ਮੰਨ ਲਓ ਮੇਰੇ ਮੋਮ ਥੋੜੇ ਹੈਲਦੀ ਆ ਅਗਰ ਉਹ ਹੈਲਦੀ ਆ ਤੇ ਮੈਂ ਹੁਣ ਜੇ ਮੈਂ ਇੰਨਾ ਹੈਲਦੀ ਹੁੰਦਾ ਮੋਟਾ ਹੁੰਦਾ ਤੇ ਫਿਰ ਮੈਂ ਆਪਣੇ ਆਪ ਨੂੰ ਕਹਿ ਸਕਦਾ ਨਹੀਂ ਯਾਰ ਮੇਰੇ ਮੋਮ ਡੈਡ ਮੋਟੇ ਆ ਤੇ ਮੈਂ ਵੀ ਮੋਟਾ ਆ ਏਦਾਂ ਦਾ ਕੁਛ ਨਹੀਂ ਆ ਮੈਂ ਆਪਣੇ ਆਪ ਨੂੰ ਫਿੱਟ ਰੱਖਿਆ ਵਾ ਆਪਣੇ ਆਪ ਨੂੰ ਫਿੱਟ ਕਿੱਦਾਂ ਰੱਖਣਾ ਉਹ ਤੁਹਾਡੇ ਡਿਪੈਂਡ ਕਰਦਾ ਵਾ ਬਿਲਕੁਲ ਮਤਲਬ ਸਭ ਕੁਝ ਤੁਹਾਡੇ ਆਪਦੇ ਹੱਥ ਵਿੱਚ ਹੈ ਤੁਸੀਂ ਚਾਹੋ ਤੇ ਮੋਟੇ ਹੋ ਜਾਓ ਤੁਸੀਂ ਚਾਹੋ ਤੇ ਪਤਲੇ ਹੋ ਜਾਓ ਜੀ ਮੈਮ ਸੋ ਮੈਨੂੰ ਲੱਗਦਾ ਕਿ ਪਤਲੇ ਹੋਣਾ ਇੰਨਾ ਵੀ ਔਖਾ ਨਹੀਂ ਜਿੰਨਾ ਕਿ ਸਾਰਿਆਂ ਦੇ ਵਿੱਚ ਹਊਆ ਬਣਿਆ ਹੋਇਆ ਨਹੀਂ ਮੈਮ ਪਤਲੇ ਹੋਣਾ ਬਹੁਤ ਔਖਾ ਨਹੀਂ ਆ ਬਹੁਤ ਵੱਡਾ ਹਊਆ ਨਹੀਂ ਆ ਨਾ ਪਤਲੇ ਹੋਣਾ ਔਖਾ ਆ ਨਾ ਮੋਟੇ ਹੋਣਾ ਔਖਾ ਨਾ ਤਗੜੇ ਹੋਣਾ ਔਖਾ ਆ ਗੱਲ ਹੁੰਦੀ ਮੈਂਟੇਨੈਂਸ ਦੀ ਬੋਡੀ ਜਿੱਦਾਂ ਕਹਿੰਦੇ ਜਿੱਦਾਂ ਆਪਾਂ ਕਹਿਣਾ ਚਾਹੁੰਦਾ ਕਿ ਬੋਡੀ ਨੂੰ ਬਣਾਉਣਾ ਬਹੁਤ ਸੌਖਾ ਆ ਬੋਡੀ ਨੂੰ ਮੇਨਟੇਨ ਕਰਨਾ ਮੈਮ ਉਨਾ ਹੀ ਔਖਾ ਆ ਠੀਕ ਹੈ ਤੁਸੀਂ ਬੋਡੀ ਬਣਾ ਲੂਗੇ 3 ਮੰਥ ਸਟਰਗਲ ਕਰ ਲਓ 6 ਮੰਥ ਕਰ ਲਓ 1 ਈਅਰ ਸਟਰਗਲ ਕਰ ਲਓ ਮੈਂ ਮੈਮ ਹਜੇ ਤੱਕ ਸਟਰਗਲ ਕਰਦਾ ਆ ਰਿਹਾ ਮੈਂ ਬੋਡੀ ਆਪਣੀ ਮੇਨਟੇਨ ਕਰਦਾ ਆ ਰਿਹਾ ਬੋਡੀ ਨੂੰ ਮੇਨਟੇਨ ਕਰਨਾ ਇੱਕ ਮੇਨਟੇਨੈਂਸ ਲੈਵਲ ਨੂੰ ਲੈ ਕੇ ਜਾਣਾ ਅੱਗੇ ਉਹ ਬਹੁਤ ਔਖਾ ਆ ਬੋਡੀ ਬਣਾਉਣੀ ਬੋਡੀ ਨੂੰ ਪਤਲਾ ਕਰਨਾ ਮੋਟੇ ਨੂੰ ਪਤਲਾ ਕਰਨਾ ਪਤਲੀ ਨੂੰ ਭਾਰਾ ਕਰਨਾ ਇਹ ਬਹੁਤ ਸੌਖਾ ਆ ਸੱਚ ਦੱਸਾਂ ਤੇ ਮੇਨਟੇਨ ਕਰਨਾ ਔਖਾ ਹੈ ਮੇਨ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਮੇਨਟੇਨੈਂਸ ਬਹੁਤ ਜ਼ਰੂਰੀ ਹੈ ਤੁਹਾਡੀ ਬੋਡੀ ਨੂੰ ਬਿਲਕੁਲ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਸੌਰਵ ਜੀ ਨੇ ਪਰ ਹੁਣ ਅਸੀਂ ਗੱਲ ਕਰਨੀ ਅੱਜ ਕੱਲ੍ਹ ਦੇ ਯੂਥ ਦੀ ਕਿਉਂਕਿ ਜਦੋਂ ਜਿਮ ਜਾਂਦੇ ਨੇ ਉਹਨਾਂ ਦੇ ਮਨ 'ਚ ਇਹ ਹੁੰਦਾ ਕਿ ਅਸੀਂ ਫਟਾਫਟ ਆਪਣੇ ਐਪਸ ਬਣਾ ਲਈਏ ਫਟਾਫਟ ਅਸੀਂ ਕਲਿੱਕ ਹੋ ਜਾਈਏ ਨਾ ਤੇ ਅੱਜ ਕੱਲ੍ਹ ਦੀ ਰੀਲ ਦੀ ਤੇ ਰਿਐਲਿਟੀ ਦੀ ਵੀ ਗੱਲ ਕਰ ਲੈਂਦੇ ਹਾਂ ਉਹਨਾਂ ਦੇ ਮਨ 'ਚ ਇਹ ਹੈ ਕਿ ਅਸੀਂ ਸਟੀਰੋਇਡਸ ਖਾ ਲਈਏ ਕੀ ਇਹ ਲੈਣੇ ਚਾਹੀਦੇ ਨੇ ਸਪਲੀਮੈਂਟ ਮੈਮ ਸਪਲੀਮੈਂਟ ਦੀ ਆਪਾਂ ਜੇ ਸਪਲੀਮੈਂਟ ਤੇ ਗੱਲ ਕਰੀਏ ਕਿ ਕਾਹਲੀ ਆ ਅੱਜ ਕੱਲ੍ਹ ਦੇ ਯੂਥ ਨੂੰ ਜਿੰਨੇ ਵੀ ਅੱਜ 17-18 ਸਾਲ ਦੇ ਮੁੰਡੇ ਆ 19 ਸਾਲ 16 ਸਾਲ ਤੋਂ ਕਈ ਲੋਕ 16 ਸਾਲ ਤੋਂ ਸਪਲੀਮੈਂਟ ਲੈ ਰਹੇ ਆ ਗੇਨਰਸ ਲੈ ਰਹੇ ਆ ਪ੍ਰੋਟੀਨ ਲੈ ਰਹੇ ਆ ਔਰ ਬਾਅਦ ਵਿੱਚ ਸਾਈਡ ਇਫੈਕਟ ਕਦੋਂ ਹੁੰਦੇ ਆ ਪਤਾ ਲੱਗਦਾ ਜਦੋਂ 25-26 ਸਾਲ ਦੇ ਹੋ ਗਏ 22-23 ਸਾਲ ਦੀ ਉਮਰ ਜਦੋਂ ਹੋ ਗਈ ਉਦੋਂ ਸਾਈਡ ਇਫੈਕਟ ਹੁੰਦੇ ਆ ਠੀਕ ਹੈ ਕਿ ਨਹੀਂ ਇਸ ਕਰਕੇ ਕਹਿੰਦੇ ਕਾਹਲੀਆਂ ਅੱਗੇ ਟੋਏ ਹੁੰਦੇ ਆ ਜਦੋਂ ਆਪਾਂ ਜਲਦੀ ਬੋਡੀ ਬਣਾਉਣ ਦੀ ਸੋਚਦੇ ਨੇ ਕਿ ਨਹੀਂ ਯਾਰ ਫਟਾਫਟ ਮੇਰਾ 18 ਇੰਚ ਦਾ ਡੋਲਾ ਹੋ ਜਾਵੇ 19 ਦਾ ਹੋ ਜਾਵੇ ਠੀਕ ਹੈ 19 ਸਾਲ ਦਾ ਮੈਂ ਜਦੋਂ ਹੋਵਾਂ ਤੇ ਪਤਾ ਲੱਗੇ ਕਿ ਹਾਂ ਲੋਕਾਂ ਨੂੰ ਮੈਂ ਫਿੱਟ ਆ ਪਰ ਇੱਦਾਂ ਨਹੀਂ ਹੁੰਦਾ ਮੈਂ
ਜਿੱਦਾਂ ਜਿੱਦਾਂ ਉਮਰ ਵੱਧਦੀ ਆ ਉਦਾਂ ਉਦਾਂ ਹੀ ਬੋਡੀ ਵੱਧਦੀ ਆ। ਬਿਲਕੁਲ ਬਿਲਕੁਲ, ਜਿੱਦਾਂ ਜਿੱਦਾਂ ਉਮਰ ਦਾ ਤਜਰਬਾ ਵੱਧ, ਜਿੱਦਾਂ ਕਹਿੰਦੇ ਹੁੰਦੇ ਨਾ ਵੱਧਦੀ ਉਮਰ ਦੇ ਨਾਲ ਹੀ ਅਕਲ ਆਉਂਦੀ ਆ। ਸਹੀ ਗਾ, ਸਹੀ ਵੱਧਦੀ ਉਮਰ ਦੇ ਨਾਲ ਹੀ ਅਕਲ ਆਉਂਦੀ ਆ। ਏਦਾਂ ਏਦਾਂ ਹੀ ਵੱਧਦੀ ਉਮਰ ਦੇ ਨਾਲ ਹੀ ਤੁਹਾਡੀ ਸਕਿਨ ਮੈਚੋਰ ਹੁੰਦੀ ਆ, ਤੁਹਾਡੀ ਬੋਡੀ ਮੈਚੋਰ ਹੁੰਦੀ ਆ। ਇੱਕੋ ਦਮ ਕੁਛ ਨਹੀਂ ਹੁੰਦਾ, ਰਾਤੋ ਰਾਤ ਅਮੀਰ ਨਹੀਂ ਬੰਦਾ ਬਣਦਾ, ਜੇ ਅਮੀਰ ਵੀ ਹੋਣਾ ਤੇ ਬਹੁਤ ਸਟਰਗਲ ਕਰਨਾ ਪੈਂਦਾ ਵਾ, ਏਦਾਂ ਹੀ ਬੋਡੀ ਵੀ ਬਣਾਉਣੀ ਤੇ ਬਹੁਤ ਜ਼ਿਆਦਾ ਸਟਰਗਲ ਕਰਨਾ ਪੈਂਦਾ। ਇਹਨਾਂ ਸਿਆਣੇ ਕਹਿੰਦੇ ਨੇ ਕਿ ਅਕਲ ਬਦਾਮ ਖਾ ਕੇ ਨਹੀਂ ਠੋਕਰਾ ਖਾ ਕੇ ਆਉਂਦੀ ਹੈ। ਜੀ, ਸੋ ਠੋਕਰਾ ਖਾ ਕੇ ਇਨਸਾਨ ਅੱਗੇ ਵੱਧਦਾ ਹੈ ਤੇ ਆਪਣੇ ਆਪ ਨੂੰ ਤਰਾਸ਼ਦਾ ਹੈ। ਜੀ, ਗੱਲਬਾਤ ਕਰ ਲੈਂਦੇ ਹਾਂ, ਜਿੱਦਾਂ ਸਾਡੀ ਬੋਡੀ ਅਸੀਂ ਕਹਿ ਲੈਂਦੇ ਹਾਂ ਕਿ ਸਾਡਾ 55 kg ਵੇਟ ਹੈ ਜੀ, ਤੇ ਉਹਦੇ ਵਿੱਚ ਕਿੰਨੀ ਕੁ ਮਾਤਰਾ ਦਾ ਪਾਣੀ ਪੀਣਾ ਚਾਹੀਦਾ, ਕੀ ਕੀ ਡਾਈਟ ਲੈਣੀ ਚਾਹੀਦੀ ਹੈ, ਕਿੰਨੀ ਕੁ ਪ੍ਰੋਟੀਨ ਲੈਣੀ ਚਾਹੀਦੀ ਆ, ਕਿੰਨੇ ਕਾਰਬੋ ਲੈਣੇ ਚਾਹੀਦੇ? ਡਿਪੈਂਡ ਕਰਦਾ ਆਪਣਾ ਟਾਰਗੇਟ ਕੀ ਆ। ਦੇਖੋ ਜੇ ਤਾਂ ਅਗਰ ਲੜਕੇ ਦੀ ਹੈ ਬੋਡੀ, ਬੋਇਜ਼ ਦੀ ਆਪਾਂ ਗੱਲ ਕਰ ਲੈਂਦੇ ਹਾਂ, 55 kg ਉਹਦਾ ਟਾਰਗੇਟ ਹੈ ਗੇਨਿੰਗ ਕਰਨ ਦਾ, ਤੇ ਉਹਨਾਂ ਨੂੰ ਕੈਲਰੀ ਸਰਪਲਸ ਜਾਣਾ ਚਾਹੀਦਾ। ਜਿੰਨੀ ਆਪਾਂ ਕੈਲਰੀਜ਼ ਲੈਂਦੇ ਹਾਂ ਉਹ ਤੋਂ ਸਰਪਲਸ ਜਾਣਾ ਚਾਹੀਦਾ, ਕੈਲਰੀਜ਼ ਨੂੰ ਡਬਲ ਕਰਨਾ ਚਾਹੀਦਾ, ਪ੍ਰੋਟੀਨ ਨੂੰ ਡਬਲ ਕਰਨਾ ਚਾਹੀਦਾ, ਆਪਣਾ ਜੋ ਕੰਜ਼ਿਊਮ ਕਰਦੇ ਆਪਾਂ ਡਾਇਟ ਖੁਰਾਕ ਵਧਾਉਣੀ ਚਾਹੀਦੀ। ਜਿੱਥੇ ਆਪਾਂ ਦਿਨ 'ਚ 3-3 times ਰੋਟੀ ਖਾਂਦੇ ਹਾਂ, 3-3 times ਮੀਲ ਲੈਂਦੇ ਹਾਂ, ਠੀਕ ਹੈ, ਉਸ ਮੀਲ 'ਚ ਹੋਰ ਆਪਾਂ ਨੂੰ ਐਡ ਕਰਨੇ ਚਾਹੀਦੇ ਆ। ਜਿੱਥੇ 3 meals ਲੈਂਦੇ ਉੱਥੇ 5 meals ਐਡ ਕਰ ਦਿਓ। ਜ਼ਰੂਰੀ ਨਹੀਂ ਕਿ ਰੋਟੀਆਂ ਹੀ ਨਹੀਂ ਪਾੜਨੀਆਂ ਆਪਾਂ ਕਦੇ, ਰੋਟੀਆਂ ਹੀ ਨਹੀਂ ਆਪਾਂ ਖਾਣੀਆਂ ਇਕੱਲੀਆਂ। ਡਰਾਈ ਫਰੂਟਸ ਕਿੰਨੇ ਹੋ ਗਏ, ਠੀਕ ਹੈ, ਆਪਣਾ ਫਰੂਟਸ ਕਿੰਨੇ ਹੋ ਗਏ, ਉਸ ਤੋਂ ਬਾਅਦ ਮਿਲਕ, ਮਿਲਕ ਬਹੁਤ ਵਧੀਆ ਸੋਰਸ ਹੈ, ਐਗਸ ਬਹੁਤ ਵਧੀਆ ਸੋਰਸ ਆ, ਜਿਹੜੇ ਵੈਜੀਟੇਰੀਅਨ ਉਹਨਾਂ ਲਈ ਪਨੀਰ ਬਹੁਤ ਵਧੀਆ ਸੋਰਸ ਆ ਗੇਨਿੰਗ ਦਾ, ਪਨੀਰ ਹੋ ਗਿਆ, ਦੁੱਧ ਹੋ ਗਿਆ, ਕਾਲੇ ਚਣੇ ਹੋ ਗਏ, ਭੁੱਜੇ ਛੋਲੇ ਜਿਹਨੂੰ ਕਹਿ ਦੇਣੇ, ਕਾਲੇ ਚਣੇ ਵੀ ਹੁੰਦੇ, ਭੁੱਜੇ ਛੋਲੇ ਵੀ ਹੁੰਦੇ, ਇੱਕ ਜਸਟ ਇੱਕ ਆਪਣਾ ਖੁਰਾਕ ਆਪਣੇ ਤੇ ਆ, ਡਾਇਟ ਆਪਣੇ ਤੇ। ਅਗਰ ਆਪਾਂ ਆਪਣੀ ਡਾਇਟ ਸਹੀ ਰੱਖ ਲਈ ਨਾ, ਤੇ 55 kg ਤੋਂ ਆਪਾਂ ਕਦੋਂ 70 ਪਹੁੰਚ ਜਾਣਾ, ਕਦੋਂ ਤਗੜੇ ਹੋ ਜਾਣਾ ਤੇ ਆਪਾਂ ਨੂੰ ਪਤਾ ਵੀ ਨਹੀਂ ਲੱਗਣਾ। ਬਿਲਕੁਲ, ਫਿਰ ਦੁਨੀਆਂ ਦੇਖਦੀ ਆ ਵੀ ਹਾਂ ਯਾਰ ਇਹ ਦਿਨ ਬ ਦਿਨ ਤਗੜਾ ਹੁੰਦਾ ਪਿਆ ਵਾ, ਫਿਰ ਆਂਢ ਗੁਆਂਢ ਸ਼ਰੀਕ ਸਾਰਾ ਦੇਖਦਾ ਕਿ ਹਾਂ ਯਾਰ ਇਹ ਤਗੜਾ ਹੋਈ ਜਾਂਦਾ ਵਾ, ਨਜ਼ਰਾਂ ਵੀ ਲਾਉਂਦੇ ਫਿਰ ਲੋਕੀ। ਹਾਂਜੀ, ਪਹਿਲੇ ਜ਼ਮਾਨੇ ਵਿੱਚ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸਨ ਕਿ ਜੇ ਤੁਸੀਂ ਆਪਣਾ ਸਟੈਮਿਨਾ ਬਰਕਰਾਰ ਰੱਖਣਾ ਹੈ ਤੇ ਭੁੱਜੇ ਹੋਏ ਛੋਲੇ ਖਾਓ ਜੀ, ਜੇ ਬਦਾਮ ਨਹੀਂ ਹੈ ਤੇ ਬੇਸ਼ੱਕ ਰਾਤ ਨੂੰ ਛੋਲੇ ਭਿਓ ਕੇ ਰੱਖ ਦਿਓ, ਸਵੇਰੇ ਖਾਓ ਤੇ ਉਂਗਰੀ ਦਾਲਾਂ ਖਾਓ, ਉਂਗਰੀਆਂ ਦਾਲਾਂ ਖਾਓ। ਘਰ ਦੇ ਵਿੱਚ ਬਹੁਤ ਸਾਰਾ ਸਮਾਨ ਹੈ ਜੋ ਅਸੀਂ ਆਪਣੇ ਬੋਡੀ ਲਈ ਯੂਜ਼ ਕਰ ਸਕਦੇ ਹਾਂ, ਆਪਣੇ ਲਈ ਯੂਜ਼ ਕਰ ਸਕਦੇ ਹਾਂ, ਅਸੀਂ ਆਪਣੇ ਆਪ ਨੂੰ ਦੇਖਣਾ ਹੈ, ਕਿਸੇ ਵੱਲ ਨਹੀਂ ਦੇਖਣਾ, ਕਿਸੇ ਵੱਲ ਦੇਖ ਕੇ ਤੇ ਕਹਿੰਦੇ ਨੇ ਕਿ ਬੰਦਾ ਆਪਣੇ ਆਪ ਨੂੰ ਕਦੀ ਕੁਝ ਤਰਾਸ਼ ਨਹੀਂ ਸਕਦਾ, ਬਣਾ ਨਹੀਂ ਸਕਦਾ ਜੀ, ਹੈਨਾ, ਕਿਸੇ ਵੱਲ ਦੇਖ ਕੇ ਅਸੀਂ ਕਹਿੰਦੇ ਨੇ ਕਿ ਉਹਦੇ ਮਤਲਬ ਮਸਲ ਬਹੁਤ ਸਟਰੋਂਗ ਹੈ ਤੇ ਮੈਂ ਵੀ ਉਹਦੇ ਵਰਗੇ ਬਣਾਉਣੇ ਆ, ਤੇ ਜੇ ਉਹਦੇ ਵਰਗੇ ਅਸੀਂ ਐਕਸਰਸਾਈਜ਼ ਨਾ ਕਰੀਏ ਤੇ ਮੈਨੂੰ ਲੱਗਦਾ ਕਿ ਨਹੀਂ ਪੜ ਪਾਵਾਂਗੇ। ਜੀ ਮੈਮ, ਜੇ ਅਗਲੇ ਆਪਾਂ ਕਿਸੇ ਨੂੰ ਦੇਖ ਰਹੇ ਹਾਂ, ਅਗਰ ਕਿਸੇ ਨੂੰ ਆਪਾਂ ਦੇਖ ਰਹੇ ਕਿ ਯਾਰ ਇਹ ਇੰਨਾ ਫਿੱਟ ਆ, ਮੈਂ ਵੀ ਫਿੱਟ ਹੋਣਾ ਇਹਦੇ ਵਾਂਗੂ, ਤੇ ਉਹਦੇ ਵਰਗੀ ਮਿਹਨਤ ਵੀ ਕਰਨੀ ਪੈਣੀ ਆਪਾਂ। ਬਿਲਕੁਲ ਬਿਲਕੁਲ, ਠੀਕ ਹੈ ਕਿ ਨਹੀਂ, ਬੈਠੇ ਬਿਠਾਏ ਤਾਂ ਸਭ ਕੁਝ ਮਿਲ ਹੀ ਜਾਣਾ ਆਪਾਂ ਨੂੰ, ਉਹਦੇ ਵਰਗੀ ਮਿਹਨਤ ਵੀ ਉਹਨੂੰ ਦੇਖੋ। ਫਿਰ ਜੇ ਤੁਸੀਂ ਕਿਸੇ ਨੂੰ ਇੰਸਪੀਰੇਸ਼ਨ ਬਣਾ ਹੀ ਲਿਆ ਤੇ ਉਹਨੂੰ ਫੋਲੋ ਕਰੋ, ਫਿਰ ਨਹੀਂ ਯਾਰ ਉਹਦੀ ਚੰਗੀ ਤਰ੍ਹਾਂ ਡਾਇਟ ਦੇਖੋ, ਉਹਦੀ ਡਾਇਟ ਨੂੰ ਦੇਖੋ, ਕੀ ਖਾਂਦਾ, ਕੀ ਪਾਉਂਦਾ, ਕੀ ਕੀ ਖਾ ਰਿਹਾ, ਕੀ ਲੈ ਰਿਹਾ, ਕੀ ਕੰਜ਼ਿਊਮ ਕਰ ਰਿਹਾ, ਕਦੋਂ ਰੈਸਟ, ਕਿੰਨੀ ਰੈਸਟ ਕਰ ਰਿਹਾ। ਰੈਸਟ ਵੀ ਬਹੁਤ ਇੰਪੋਰਟੈਂਟ ਆ ਬੋਡੀ, ਜੋ ਅੱਜ ਕੱਲ੍ਹ ਦੇ ਯੂਜ਼ ਜਿੰਨੇ ਵੀ ਆਪਣਾ ਮੈਂ ਗੱਲ ਕਰਦਾ ਰੈਸਟ ਤੇ ਆਪਾਂ ਚਲੋ ਆ ਗਏ ਸੀਗੇ ਕਿ ਰੈਸਟ ਵੀ ਬਹੁਤ ਜ਼ਰੂਰੀ ਆ। 8-9 hours ਦੀ ਨੀਂਦ ਲੈ ਰਿਹਾ, ਅਗਰ ਮੰਨ ਲਓ ਫਿੱਟ ਆ, ਦਿਨ ਦੇ ਵਿੱਚ 8-9 hours ਪ੍ਰੋਪਰ ਨੀਂਦ ਲੈ ਰਿਹਾ, 2-2.5 hours 1 hour ਆਪਣਾ ਜਿੰਮ ਲਗਾ ਰਿਹਾ, ਡਾਇਟ ਪ੍ਰੋਪਰ ਚੰਗੀ ਲੈ ਰਿਹਾ, ਦਿਨ 'ਚ 5-6 meals ਲੈ ਰਿਹਾ, ਉਹ ਵੀ ਹੈਲਦੀ ਵਾਲੇ, ਇਹ ਨਹੀਂ ਕਿ ਜੰਕ ਫੂਡ ਅਵੋਇਡ ਕਰ ਰਿਹਾ, ਫਾਸਟ ਫੂਡ ਅਵੋਇਡ ਕਰ ਰਿਹਾ, ਨੂਡਲਸ ਬਰਗਰ ਸਭ ਕੁਛ ਅਵੋਇਡ ਕਰ ਰਿਹਾ, ਤੇ ਦੇਖੋ ਉਹ ਕਿੰਨਾ ਫਿੱਟ ਹੈ। ਉਹ ਇਸੇ ਕਰਕੇ ਫਿੱਟ ਹੈ ਕਿਉਂਕਿ ਉਹ ਸਭ ਕੁਛ ਫੋਲੋ ਕਰ ਰਿਹਾ ਵਾ, ਠੀਕ ਹੈ, ਔਰ ਤੁਸੀਂ ਫੋਲੋ ਨਹੀਂ ਕਰਦੇ ਇਸ ਕਰਕੇ ਤੁਸੀਂ ਨਹੀਂ ਫਿੱਟ ਹੈਗੇ। ਤੁਸੀਂ ਉਹਨੂੰ ਫੋਲੋ ਕਰੋ, ਜੇ ਤੁਸੀਂ ਆਪਣਾ ਇੰਸਪੀਰੇਸ਼ਨ ਅਗਰ ਕਿਸੇ ਬੰਦੇ ਨੂੰ ਬਣਾ ਹੀ ਲਿਆ ਵਾ ਤੇ ਤੁਸੀਂ ਉਹਨੂੰ ਫੋਲੋ ਕਰੋ, ਤੇ ਹਾਂ ਤੁਹਾਨੂੰ ਰਿਜ਼ਲਟ ਆਪਣੇ ਆਪ ਮਿਲਣੇ ਸ਼ੁਰੂ ਹੋ ਜਾਣੇ। ਬਿਲਕੁਲ, ਫਿਰ ਮੈਮ ਜਿਹਨੂੰ ਨੂੰ ਆਪਾਂ ਫੋਲੋ ਕਰਦੇ ਆ ਨਾ, ਫਿਰ ਉਹਨਾਂ ਵੱਲ ਦੇਖ ਕੇ ਜਦੋਂ ਇੰਸਪੀਰੇਸ਼ਨ ਆਉਂਦੀ ਆ, ਫਿਰ ਜਦੋਂ ਹੌਲੀ ਹੌਲੀ ਆਪਾਂ ਫਿੱਟ ਹੋਣਾ ਸ਼ੁਰੂ ਹੁੰਦੇ ਆ, ਤੇ ਉਹਨਾਂ ਨੂੰ ਦੇਖ ਕੇ ਲੱਗਦਾ ਨਹੀਂ ਯਾਰ ਹੁਣ
ਮੈਂ ਬਣੀ ਜਾਂਦਾ ਪਿਆ ਸਰ ਦੀ ਬਦੌਲਤ ਬਣੀ ਜਾਂਦਾ ਜਾਂ ਜਿਹੜੇ ਵੀ ਇੰਸਪੀਰੇਸ਼ਨ ਬਣਾਇਆ ਉਹਦੀ ਬਦੌਲਤ ਬਣੀ ਜਾਂਦਾ ਇਹਦੇ ਹੱਲ ਦੇਖ ਕੇ ਮੈਨੂੰ ਐਨਰਜੀ ਉਹਨੇ ਵੀ ਮਿਹਨਤ ਕੀਤੀ ਆਪਣੇ ਟਾਈਮ ਦੇ ਵਿੱਚ ਬਿਲਕੁਲ ਉਹ ਵੀ ਗੱਲਾਂ ਨਾਲ ਨਹੀਂ ਬਣ ਗਿਆ ਉਹਨੇ ਵੀ ਮਿਹਨਤ ਕੀਤੀ ਆ ਉਹਨੇ ਪ੍ਰੋਪਰ ਫੋਲੋ ਕੀਤਾ ਸਭ ਕੁਛ ਮਤਲਬ ਮੇਨ ਜੋ ਫੋਕਸ ਹੈ ਸਾਡੀ ਮਿਹਨਤ ਤੇ ਹੈ ਮਿਹਨਤ ਕਰਾਂਗੇ ਤੇ ਅੱਗੇ ਆਵਾਂਗੇ ਇੱਕ ਹੋਰ ਗੱਲ ਕਰਦੇ ਆ ਤੁਹਾਡੀ ਗੱਲਾਂ ਵਿੱਚ ਗੱਲ ਨਿਕਲੀ ਕਿ ਜਿਹੜੀ ਨਵੀਂ ਯੂਥ ਹੈ ਉਹ ਕਹਿੰਦੇ ਕਿ ਅਸੀਂ ਫਟਾਫਟ ਐਪਸ ਬਣਾ ਲਈਏ ਡੋਲਾ ਬਣਾ ਲਈਏ ਹੈ ਨਾ ਤੇ ਉਹ ਆਪਣੇ ਵਜ਼ਨ ਦੇ ਨਾਲੋਂ ਵੀ ਜ਼ਿਆਦਾ ਵਜ਼ਨ ਚੱਕ ਲੈਂਦੇ ਨੇ ਜੀ ਵੇਟ ਹੈ ਨਾ ਵੇਟ ਬਹੁਤ ਜ਼ਿਆਦਾ ਚੱਕ ਲੈਂਦੇ ਈਗੋ ਲਿਫਟਿੰਗ ਜਿਹਨੂੰ ਕਹਿ ਦਿੰਦੇ ਆ ਹਾਂਜੀ ਹਾਂਜੀ ਤੇ ਬੜੇ ਅਸੀਂ ਇਹੋ ਜਿਹੇ ਇੰਸੀਡੈਂਟ ਦੇਖੇ ਨੇ ਕਿ ਜਿਨ੍ਹਾਂ ਵਿੱਚ ਕਈ ਕਮਰ ਦੇ ਦਿੱਕਤ ਆ ਗਈ ਆ ਮਤਲਬ ਇੰਜਰੀਸ ਆ ਜਾਂਦੀਆਂ ਇੰਜਰੀਸ ਆ ਜਾਂਦੀਆਂ ਨਾ ਦੇਖੋ ਮੈਂ ਅੱਜ ਆਪਾਂ ਗੱਲ ਕਰਦੇ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਹਾਂ ਵੇਟਸ ਜ਼ਿਆਦਾ ਚੱਕ ਲੈਂਦੇ ਆ ਅਗਰ ਆਪਣੀ ਜ਼ਰੂਰਤ ਹੋ ਜਿੰਨਾ ਮੰਨ ਲਓ ਮੇਰੇ ਤੋਂ 10 ਕੇਜੀ ਚੱਕ ਹੋ ਰਿਹਾ ਤੇ ਮੈਂ 25 ਕੇਜੀ ਨੂੰ ਹੱਥ ਪਾਵਾਂ ਚੱਕਣ ਦੀ ਕੋਸ਼ਿਸ਼ ਕਰਾਂ ਤੇ ਓਬਵੀਅਸਲੀ ਮੇਰੇ ਮਸਲ ਟੁੱਟਣੇ ਆ ਮੇਰੀ ਇੰਜਰੀ ਆਣੀਆਂ ਉਨਾ ਚੱਕੋ ਜਿੰਨਾ ਤੁਹਾਨੂੰ ਤੁਹਾਡੀ ਬੋਡੀ ਕੈਪੇਬਲ ਆ ਬਿਲਕੁਲ ਜਿੰਨੀ ਤੁਹਾਡੀ ਬੋਡੀ ਕੈਪੇਬਲ ਹੈ ਨਾ ਉਸ ਵੇਟ ਦੇ ਉਨਾ ਵੇਟ ਉਠਾਓ ਅਦਰਵਾਈਜ਼ ਜ਼ਿਆਦਾ ਵੇਟ ਨਾ ਚੱਕੋ ਕਿਉਂਕਿ ਇੰਜਰੀਸ ਆਉਣ ਦਾ ਬਹੁਤ ਜਦੋਂ ਇੰਜਰੀਸ ਹੋ ਜਾਂਦੀਆਂ ਫਿਰ 6-6 ਮਹੀਨੇ ਘਰ ਬਹਿ ਜਾਂਦੇ ਆ ਸਾਲ ਸਾਲ ਘਰ ਬਹਿ ਜਾਂਦੇ ਆ ਵੀ ਹਾਂ ਯਾਰ ਮੈਨੂੰ ਇੰਜਰੀ ਹੋ ਗਈ ਮੈਂ ਜਿਮ ਤਾਂ ਨਹੀਂ ਜਾਂਦਾ ਕਿਉਂਕਿ ਮੈਂ ਲੱਗਾ ਕਹਿੰਦੇ ਨੀ ਉਹ ਮੈਂ ਲੱਗਾ ਸੀ ਜਿਮ ਮੈਂ ਵੇਟ ਜ਼ਿਆਦਾ ਚੱਕ ਲਿਆ ਤਾਂ ਕਰਕੇ ਮੈਨੂੰ ਇੰਜਰੀ ਹੋ ਗਈ ਤੇ ਕਿਸੇ ਗੱਲ ਦੇਖ ਕੇ ਵੇਟ ਨਾ ਚੱਕੋ ਕਿ ਹਾਂ ਉਹ 150 ਕਿਲੋ ਚੱਕ ਰਿਹਾ ਜਾਂ 150 ਕਿਲੋ ਡੈਡ ਲਿਫਟ ਲਾ ਰਿਹਾ ਜਾਂ 100 ਕਿਲੋ ਦੀ ਚੈਸਟ ਲਾ ਰਿਹਾ ਕਿ ਮੈਂ ਵੀ ਲਾਵਾਂ ਕਿਸੇ ਗੱਲ ਦੇਖ ਕੇ ਨਾ ਕਰੋ ਇੰਜਰੀ ਜਦੋਂ ਆਉਂਦੀਆਂ ਹੈ ਨਾ ਫਿਰ ਉਹ ਲਾਈਫ ਟਾਈਮ ਚੱਲਦੀਆਂ ਮੈਂ ਇੱਕ ਸਲਾਹ ਦੇਣਾ ਚਾਹੁੰਦਾ ਮੁੰਡੇ ਕੁੜੀਆਂ ਨੂੰ ਕਿ ਜਦੋਂ ਇੰਜਰੀਸ ਆਉਂਦੀਆਂ ਹੈ ਨਾ ਉਹ ਲਾਈਫ ਟਾਈਮ ਚੱਲਦੀਆਂ ਇੰਜਰੀਸ ਸੱਚੀ ਦੱਸਾਂ ਮੈਮ ਤੇ ਮੈਂ ਤੁਹਾਨੂੰ ਕਹਿੰਦਾ ਉਨਾ ਹੀ ਵੇਟ ਚੱਕੋ ਜਿੰਨਾ ਤੁਹਾਡੀ ਬੋਡੀ ਕੈਪੇਬਲ ਹੈ ਜ਼ਿਆਦਾ ਵੇਟ ਨਾ ਚੱਕੋ ਜ਼ਿਆਦਾ ਟ੍ਰੇਨਿੰਗ ਨਾ ਕਰੋ ਉਨੀ ਟ੍ਰੇਨਿੰਗ ਕਰੋ ਜਿੰਨੀ ਤੁਹਾਡੀ ਬੋਡੀ ਸਹਾਰ ਸਕਦੀ ਹੈ ਹਾਂ ਜਿੱਦਾਂ ਜਿੱਦਾਂ ਤੁਸੀਂ ਆਪਣੀ ਡਾਇਟ ਪ੍ਰੋਪਰ ਕਰੀ ਜਾਓਗੇ ਠੀਕ ਕਰੀ ਜਾਓਗੇ ਜਦੋਂ ਜ਼ਿਆਦਾ ਖਾਈ ਜਾਓਗੇ ਜਦੋਂ ਤੁਹਾਡੀ ਬੋਡੀ ਗਰੋ ਹੋਣੀ ਸ਼ੁਰੂ ਹੋਗੀ ਫਿਰ ਤੁਹਾਡੀ ਬੋਡੀ ਨੇ ਆਪ ਕਹਿਣਾ ਕਿ ਨਹੀਂ ਯਾਰ ਇਹ ਤਾਂ ਹਲਕਾ ਆ ਜ਼ਿਆਦਾ ਚੱਕ ਜਦੋਂ ਬੋਡੀ ਗਰੋ ਹੋਣੀ ਸ਼ੁਰੂ ਹੁੰਦੀ ਹੈ ਫਿਰ ਬੋਡੀ ਦੀ ਕਪੈਸਿਟੀ ਵੱਧ ਜਾਂਦੀ ਹੈ ਕਪੈਸਿਟੀ ਦੇ ਅਕੋਰਡਿੰਗ ਤੁਹਾਡੀ ਬੋਡੀ ਤੁਹਾਨੂੰ ਮੰਗਦੀ ਹੈ ਤੁਹਾਡੇ ਤੋਂ ਤੇ ਕਪੈਸਿਟੀ ਜੋ ਤੁਹਾਡੀ ਬੋਡੀ ਦੀ ਹੋਏਗੀ ਫਿਰ ਤੁਸੀਂ ਭਾਵੇਂ 100 ਕਿਲੋ ਚੱਕੋ 150 ਕਿਲੋ 150 ਕਿਲੋ ਚੱਕੋ ਕੋਈ ਮੈਟਰ ਨਹੀਂ ਕਰਦਾ ਆਪਣੀ ਕਪੈਸਿਟੀ ਅਕੋਰਡਿੰਗ ਚੱਕੋ ਅੱਜ ਕੱਲ੍ਹ ਬੜੇ ਸਾਰੇ ਅਸੀਂ ਇੱਦਾਂ ਦੇ ਕੁਛ ਖਾਸ ਗੱਲਾਂ ਵੀ ਸੁਣਦੇ ਹਾਂ ਨਾ ਕੁਛ ਸਾਹਮਣੇ ਵੀ ਆ ਜਾਂਦਾ ਕਿ ਜਿਮ ਗਿਆ ਸੀ ਮੁੰਡਾ ਹਾਲਾਂਕਿ ਘਰੋਂ ਖਾ ਪੀ ਕੇ ਗਿਆ ਸੀ ਲੇਕਿਨ ਫਿਰ ਵੀ ਪਤਾ ਨਹੀਂ ਉੱਥੇ ਕੀ ਹੋਇਆ ਉਹਨੂੰ ਅਟੈਕ ਆ ਗਿਆ ਹਾਰਟ ਅਟੈਕ ਆ ਗਿਆ ਜੀ ਇੱਦਾਂ ਕਿਉਂ ਹੋ ਰਿਹਾ ਜਿਮ 'ਚ ਇਹ ਚੀਜ਼ਾਂ ਬਹੁਤ ਨਿਕਲ ਕੇ ਆ ਰਹੀਆਂ ਰੋਜ਼ ਹੀ ਰੋਜ਼ ਹਾਰਟ ਅਟੈਕ ਦੇਖੋ ਮੈਮ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਦੇ ਹਾਰਟ ਅਟੈਕਸ ਦੀ ਵੀ ਜਿਮ 'ਚ ਇੰਨੇ ਹਾਰਟ ਅਟੈਕਸ ਕਿਉਂ ਆ ਰਹੇ ਆ ਦੇਖੋ ਅੱਜ ਕੱਲ੍ਹ ਬਹੁਤ ਜ਼ਿਆਦਾ ਨਿਊਜ਼ ਵਾਇਰਲ ਹੋ ਰਹੀਆਂ ਆ ਕਿ ਹਾਂ ਯਾਰ ਜਿਮ ਗਿਆ ਸੀਗਾ ਫਿੱਟ ਸੀਗਾ ਬਸ ਟ੍ਰੈਡਮਿਲ ਤੇ ਕਾਰਡੀਓ ਕਰਦਾ ਪਿਆ ਸੀਗਾ ਜਾਂ ਜਸਟ ਰਨਿੰਗ ਕਰਦਾ ਪਿਆ ਇਸਦੇ ਚੱਲਦੇ ਚੱਲਦੇ ਹਾਰਟ ਅਟੈਕ ਆ ਗਿਆ ਇਹਦਾ ਕੀ ਮੇਨ ਰੀਜ਼ਨ ਹੋ ਸਕਦਾ ਹਾਰਟ ਅਟੈਕ ਆਉਣ ਦਾ ਦੇਖੋ ਸਭ ਤੋਂ ਵੱਡੀ ਗੱਲ ਕੋਈ ਕਿਸੇ ਨੂੰ ਦੱਸਦਾ ਨਹੀਂ ਹੁੰਦਾ ਫੇਕ ਸਪਲੀਮੈਂਟਸ ਵੀ ਆਪਾਂ ਬਹੁਤ ਲੈਂਦੇ ਹਾਂ ਫੇਕ ਸਪਲੀਮੈਂਟਸ ਲੈਣਾ ਘਰੋਂ ਆਪਾਂ ਫੇਕ ਸਪਲੀਮੈਂਟ ਖਾਧਾ ਕੁਛ ਜਾਂ ਮੰਨ ਲਓ ਕੁਝ ਵੀ ਖਾਧਾ ਐਜ਼ ਏ ਕ੍ਰੋਟੀਨ ਲੈ ਲਓ ਜਾਂ ਕੁਝ ਵੀ ਲੈ ਲਓ ਗੇਨਾ ਲੈ ਲਓ ਪ੍ਰੋਟੀਨ ਲੈ ਲਓ ਜਦੋਂ ਆਪਾਂ ਫੇਕ ਸਪਲੀਮੈਂਟਸ ਲੈਂਦੇ ਤੁਸੀਂ ਓਰੀਜਨਲ ਕੁਛ ਨਹੀਂ ਲੈ ਰਹੇ ਤੁਸੀਂ ਨਾ ਓਰੀਜਨਲ ਸਪਲੀਮੈਂਟ ਲੈ ਰਹੇ ਹੋ ਨਾ ਕੁਝ ਲੈ ਰਹੇ ਹੋ ਪ੍ਰੋਪਰ ਡਾਇਟ ਨਹੀਂ ਫੋਲੋ ਕਰਦੇ ਪਏ ਕੁਝ ਨਹੀਂ ਕਰਦੇ ਪਏ ਇੱਥੇ ਤੁਹਾਡੀ ਬੋਡੀ ਕਿੱਦਾਂ ਸਹਾਰ ਜਾਏਗੀ ਜਸਟ ਇੱਕ ਹਾਰਟ ਆ ਕਿਡਨੀਆਂ ਆ ਲੀਵਰ ਆ ਅਗਰ ਆਪਾਂ ਕੋਈ ਵੀ ਗਲਤ ਚੀਜ਼ ਇਹਨੂੰ ਦਿੰਦੇ ਹਾਂ ਠੀਕ ਹੈ ਜੀ ਤੇ ਉਹਦੇ ਕਰਕੇ ਆਪਣੀ ਬੋਡੀ 'ਤੇ ਰਿਐਕਟ ਹੀ ਹੋਣਾ ਅਗਰ ਆਪਾਂ ਸਹੀ ਪ੍ਰੋਪਰ ਚੀਜ਼ ਨਹੀਂ ਦੇਵਾਂਗੇ ਕਿ ਹਾਂ ਇੱਕ ਓਰੀਜਨਲ ਪ੍ਰੋਟੀਨ ਲੈ ਲਓ ਜਾਂ ਇੱਕ ਆਪਾਂ ਪ੍ਰੋਟੀਨ ਦੀ ਗੱਲ ਕਰਦੇ ਮੰਨ ਲਓ ਇੱਕ ਪ੍ਰੋਟੀਨ ਆ ਓਰੀਜਨਲ ਪ੍ਰੋਟੀਨ ਆਪਾਂ ਨਹੀਂ ਲੈ ਰਹੇ ਠੀਕ ਹੈ ਇੱਕ ਫੇਕ ਸਪਲੀਮੈਂਟ ਲੈ ਰਹੇ ਆਪਾਂ ਆਪਣੀ ਬੋਡੀ ਜਾਏਗਾ ਆਪਣੇ ਹਾਰਟ ਨੂੰ ਹਾਰਮਫੁਲ ਕਰੇਗਾ ਆਪਣਾ ਹਾਰਟ ਜਿਹਦੇ 'ਤੇ ਪ੍ਰੈਸ਼ਰ ਆਏਗਾ ਫੇਕ ਸਪਲੀਮੈਂਟ ਮੈਮ ਇੱਦਾਂ ਹੁੰਦੇ ਆ ਫੇਕ ਸਪਲੀਮੈਂਟ ਤੁਹਾਨੂੰ ਮੈਂ ਦੱਸਦਾ ਫੇਕ ਸਪਲੀਮੈਂਟ ਨਾ ਤੁਹਾਡੇ ਬੋਡੀ ਨੂੰ ਪੂਰਾ ਹਾਰਮ ਕਰ ਦਿੰਦੇ ਆ ਕਿ ਹਾਂ ਤੁਹਾਡੀ ਕਿਡਨੀਆਂ ਵੀ ਖਰਾਬ ਕਰ ਦਿੰਦੇ ਤੁਹਾਡੇ ਲੀਵਰ ਨੂੰ ਲੀਵਰ 'ਚ ਲੀਵਰ ਹਾਰਮ ਕਰ ਦਿੰਦੇ ਆ ਤੁਹਾਡਾ ਦਿਲ ਕਮਜ਼ੋਰ ਕਰ ਦਿੰਦੇ ਆ ਜਿਹਦੇ ਕਰਕੇ ਮੈਮ ਹਾਰਟ ਅਟੈਕਸ ਬਹੁਤ ਜ਼ਿਆਦਾ ਵੱਧ ਰਹੇ ਜਿਮ ਦੇ ਵਿੱਚ ਇਸ ਕਰਕੇ ਫੇਕ ਸਪਲੀਮੈਂਟ ਨੂੰ ਅਵੋਇਡ ਕਰੋ ਡਾਇਟ 'ਤੇ ਜ਼ਿਆਦਾ ਧਿਆਨ ਦਿਓ ਡਾਇਟ ਪ੍ਰੋਪਰ ਲਓ ਆਪਣੀ ਜੀ ਜੀ ਸਪਲੀਮੈਂਟਸ ਨੂੰ ਅਵੋਇਡ ਕਰੋ ਫੇਕ ਨੂੰ
ਨੈਚੁਰਲ ਚੀਜ਼ਾਂ ਖਾਓ ਤੇ ਨੈਚੁਰਲ ਚੀਜ਼ ਨਾਲ ਆਪਣੀ ਤੁਸੀਂ ਬਾਡੀ ਬਣਾਓ। ਹੁਣ ਅਸੀਂ ਗੱਲ ਕਰਦੇ ਹਾਂ ਆਪਣੀ ਬਾਡੀ ਬਣਾਉਣ ਵਾਸਤੇ ਅਰਲੀ ਮਾਰਨਿੰਗ ਕਿੱਦਾਂ ਸਟਾਰਟ ਕਰਨਾ ਚਾਹੀਦਾ, ਕੀ ਖਾਣਾ ਚਾਹੀਦਾ ਅਰਲੀ ਮਾਰਨਿੰਗ। ਕਈ ਕੁੜੀਆਂ ਕਹਿੰਦੀਆਂ ਕਿ ਜੇ ਤੁਸੀਂ ਸਲਿਮ ਹੋਣਾ ਤੇ ਉਹ ਨਿੰਬੂ ਪਾਣੀ ਗਰਮ ਸ਼ਹਿਦ ਪਾ ਕੇ ਉਹ ਤਾਂ ਮਤਲਬ ਉਹਨੂੰ ਪੀ ਲਵੋ, ਹੈ ਨਾ, ਕਿਆ ਉਹ ਸਹੀ ਹੈ? ਫੈਟ ਲੋਸ ਦੀ ਗੱਲ ਕਰਦੇ ਆਪਾਂ, ਦੇਖੋ ਨਿੰਬੂ ਪਾਣੀ ਦੇ ਵਿੱਚ ਪਾਣੀ, ਜਿੱਦਾਂ ਤੁਸੀਂ ਕਹਿ ਰਹੇ ਕਿ ਹਾਂ ਇੱਕ ਪਾਣੀ ਪਾਣੀ ਦਾ ਗਲਾਸ ਲਿਆ ਵਿੱਚ ਇੱਕ ਨਿੰਬੂ ਸਕੀਜ਼ ਕੀਤਾ ਪੀਲਾ, ਉਹ ਤਾਂ ਇੱਕ ਬੋਡੀ ਡਿਟੌਕਸ ਹੋ ਗਈ ਤੁਹਾਡੀ ਵੀ ਹਾਂ ਬੋਡੀ ਪੀਤਾ ਵਧੀਆ, ਮੈਂ ਮਾੜਾ ਨਹੀਂ ਕਹਿੰਦਾ ਵਧੀਆ ਇਹਨੂੰ, ਉਹ ਪੀਣਾ ਇੱਕ ਬੋਡੀ ਖਾਲੀ ਢਿੱਡ ਤੁਹਾਡੀ, ਤੁਹਾਡੇ ਢਿੱਡ ਜਦੋਂ ਪੀਤਾ ਤੁਸੀਂ ਤੁਹਾਡੀ ਬੋਡੀ ਡਿਟੌਕਸ ਹੋ ਗਈ ਕਿ ਹਾਂ ਯਾਰ ਮੈਂ ਹੁਣ ਪੂਰਾ ਫਿੱਟ ਆ, ਮੇਰਾ ਮਤਲਬ ਮੈਂ ਆਪਣਾ ਲੈ ਲਿਆ ਆਪਣਾ ਜੋ ਪੀ ਲਿਆ ਪਾਣੀ ਤੇ ਮੈਂ ਵਧੀਆ, ਮੇਰੀ ਬੋਡੀ ਵਧੀਆ ਫੀਲ ਕਰਦੀ। ਡੀਟੌਕਸ ਜੋ ਤੁਹਾਡੀ ਬੋਡੀ ਕਰਦੀ ਹੈ ਨਾ, ਜਦੋਂ ਡੀਟੌਕਸ ਤੁਸੀਂ ਆਪਣੀ ਬੋਡੀ ਨੂੰ ਕਰਦੇ ਹੋ ਵਾਟਰ ਦੇ ਵਿੱਚ, ਜਦੋਂ ਨਿੰਬੂ ਸਕਵੀਜ਼ ਲੈ ਕੇ ਪੀਂਦੇ ਹੋ ਤੁਸੀਂ, ਤੁਹਾਡੀ ਬੋਡੀ ਜਿੰਨੇ ਵੀ ਕੀਟਾਣੂ ਹੁੰਦੇ ਉਹ ਮਰ ਜਾਂਦੇ ਆ, ਠੀਕ ਹੈ। ਉਸ ਤੋਂ ਬਾਅਦ ਤੁਹਾਡੀ ਬੋਡੀ ਫਰੈਸ਼ ਹੁੰਦੀ ਆ, ਉਸ ਤੋਂ ਬਾਅਦ ਆਪਣੀ ਬੋਡੀ ਐਕਟਿਵ ਵੀ ਫੀਲ ਕਰਦੀ ਕਿ ਨਹੀਂ ਯਾਰ ਹਾਂ ਜਿੰਨੇ ਵੀ ਆਪਣੀ ਬੋਡੀ ਕੀਟਾਣੂ ਸੀਗੇ ਸਾਰੇ ਮਰ ਗਏ, ਹੁਣ ਆਪਾਂ ਜਾ ਕੇ ਆਪਣੀ ਡਾਇਟ ਤੇ ਧਿਆਨ ਦਈਏ, ਨਾਲ ਨਾਲ ਜਾ ਕੇ ਆਪਾਂ ਜਿਮ ਲਾਈਏ। ਫੈਟ ਲੋਸ ਇੱਕ ਹੀ ਚੀਜ਼ ਕਰ ਸਕਦੀ ਆ ਮੈਂ, ਅਗਰ ਜਿੰਨੀਆਂ ਵੀ ਲੇਡੀਜ਼ ਲਈ ਮੈਂ ਗੱਲ ਕਰਾਂ, ਕਾਰਡੀਓ ਵਰਕਆਊਟ, ਹਾਰਡ ਲੈਵਲ ਦਾ ਵਰਕਆਊਟ ਕਰੂੰਗੇ, ਕਾਰਡੀਓ ਕਰੂੰਗੇ, ਰਨਿੰਗ ਕਰੂੰਗੇ, ਸਭ ਕੁਛ ਕਰੂੰਗੇ ਨਾ, ਕਾਰਡੀਓ ਕਰੂੰਗੇ, ਕਾਰਡੀਓ ਦੀ ਐਕਟੀਵਿਟੀ ਜਿਹਨੂੰ ਕਹਿ ਦਿੰਦੇ ਹਾਂ ਆਪਾਂ, ਉੱਥੋਂ ਹੀ ਫੈਟ ਲੋਸ ਹੋ ਸਕਦਾ ਤੁਹਾਡਾ, ਠੀਕ ਆ। ਨਾਲ ਨਾਲ ਵੇਟ ਟ੍ਰੇਨਿੰਗ ਵੀ ਕਰੋ, ਪਰ ਵੇਟ ਟ੍ਰੇਨਿੰਗ ਉਸ ਲੈਵਲ ਤੱਕ ਕਰੋ ਕਿ ਜਿਸ ਲੈਵਲ ਤੱਕ ਲੱਗ ਰਹੀ ਆ ਕਿ ਹਾਂ ਯਾਰ ਵੇਟ ਟ੍ਰੇਨਿੰਗ ਲੱਗ ਰਹੀ ਮੇਰੇ ਤੋਂ, ਈਜ਼ੀਲੀ ਲੱਗ ਰਹੀ ਆ, ਧੱਕੇਸ਼ਾਹੀ ਨਾ ਕਰੋ ਆਪਣੀ ਬੋਡੀ ਨਾਲ। ਅਕਸਰ ਜਿਹੜੀਆਂ ਕੁੜੀਆਂ ਜਿਮ ਜਾ ਰਹੀਆਂ, ਠੀਕ ਹੈ, ਉਹ ਤਾਂ ਆਪਣੀ ਬੋਡੀ ਨੂੰ ਫਿੱਟ ਕਰ ਲੈਂਦੀਆਂ, ਮੇਨਟੇਨ ਕਰ ਲੈਂਦੀਆਂ ਨਾ। ਕੁਝ ਵਰਕਿੰਗ ਹੁੰਦੀਆਂ ਕੁੜੀਆਂ ਜਿਹੜੀਆਂ ਨਹੀਂ ਜਿਮ ਜਾ ਸਕਦੀਆਂ ਜਾਂ ਨਹੀਂ ਆਪਾਂ ਕਹਿ ਸਕਦੇ ਐਕਸਰਸਾਈਜ਼ ਕਰ ਸਕਦੀਆਂ, ਉਹਨਾਂ ਦਾ ਜਿਹੜਾ ਅਪਰ ਲੋਅਰ ਅਸੀਂ ਕਹਿ ਸਕਦੇ ਹਾਂ ਉਹ ਬਾਹਰ ਆ ਜਾਂਦਾ। ਕਈ ਵਾਰੀ ਕੁੜੀਆਂ ਦਾ ਫੇਸ ਬੜਾ ਸਲਿਮ ਜਿਹਾ ਹੁੰਦਾ ਤੇ ਬਾਕੀ ਜਿਹੜੀ ਬੋਡੀ ਹੁੰਦੀ ਹੈ ਉਹ ਮਤਲਬ ਹੈਲਦੀ ਹੁੰਦੀ ਹੈ, ਉਹਨਾਂ ਲਈ ਕਿਹੜੀ ਕਿਹੜੀ ਅਸੀਂ ਐਕਸਰਸਾਈਜ਼ ਕਰ ਸਕਦੇ ਹਾਂ? ਦੇਖੋ ਮੈਮ, ਜਿੱਦਾਂ ਤੁਸੀਂ ਗੱਲ ਕੀਤੀ ਕੁੜੀਆਂ ਦੀ, ਮੈਂ ਇੱਦਾਂ ਦੀਆਂ ਕੁੜੀਆਂ ਵੀ ਦੇਖੀਆਂ ਵਾ ਜਿਹੜੀਆਂ ਜਿਮ ਤੱਕ ਨਹੀਂ ਜਾਂਦੀਆਂ ਇੰਨੀਆਂ ਫਿੱਟ ਰਹਿੰਦੀਆਂ, ਠੀਕ ਹੈ, ਕਿਉਂ? ਕਿਉਂਕਿ ਉਹਨਾਂ ਦੀ ਮੇਨਟੇਨੈਂਸ, ਉਹਨਾਂ ਨੇ ਆਪਣੀ ਆਪ ਬੋਡੀ ਨੂੰ ਮੇਨਟੇਨ ਕੀਤਾ। ਜਦੋਂ ਆਪਾਂ ਐਕਸਰਸਾਈਜ਼ ਦੀ ਗੱਲ ਕਰਦੇ, ਤੁਸੀਂ ਹੁਣ ਐਕਸਰਸਾਈਜ਼ ਪੁੱਛੀਆਂ ਮੇਰੇ ਤੋਂ, ਮੈਂ ਤੁਹਾਡੀ ਗੱਲ ਤੇ ਆਉਣਾ ਦੁਬਾਰਾ, ਤੁਸੀਂ ਮੇਰੇ ਤੋਂ ਐਕਸਰਸਾਈਜ਼ ਪੁੱਛੀਆਂ ਕਿ ਹਾਂ ਆਪਾਂ ਘਰ 'ਚ ਕਿਹੜੀਆਂ ਕਿਹੜੀਆਂ ਐਕਸਰਸਾਈਜ਼ ਕਰ ਸਕਦੇ ਹਾਂ। ਹੁਣ ਦੇਖੋ ਕੁੜੀਆਂ ਲਈ ਐਕਸਰਸਾਈਜ਼ਾਂ ਆ, ਘਰੇ ਨੋਰਮਲ ਜਿਹੜੀ ਕੁੜੀ ਆਪਣੇ ਆਪ ਨੂੰ ਫਿੱਟ ਰੱਖਦੀ ਕਿ ਹਾਂ ਮੈਂ ਜਿਮ ਨਹੀਂ ਜਾ ਸਕਦੀ, ਘਰੇ ਉਹ ਸਕੋਟਸ ਕਰਦੀਆਂ, ਜੰਪਿੰਗ ਜੈਕਸ ਕਰਦੀਆਂ, ਠੀਕ ਹੈ, ਰਸ਼ੀਅਨ ਟਵਿਸਟ ਕਰਦੀਆਂ, ਬਹੁਤ ਕਾਰਡੀਓ ਕਰ, ਈਵਨਸ ਕਿ ਕਈਆਂ ਨੇ ਘਰੇ ਮਸ਼ੀਨਸ ਵੀ ਰੱਖੀਆਂ, ਸਾਈਕਲਿੰਗ ਰੱਖੀ ਆ, ਸਾਈਕਲਿੰਗ ਕਰਦੀਆਂ ਆ, ਜੋਗਿੰਗ ਕਰਦੀਆਂ ਆ, ਯੋਗਾ ਕਰਦੀਆਂ ਆ, ਤੇ ਕਿੱਦਾਂ ਨਹੀਂ ਫਿੱਟ ਰਹਿਣਗੇ ਮੈਮ? ਫਿੱਟ ਰਹਿੰਦੇ ਆਪਣੇ ਆਪ, ਕਿਉਂਕਿ ਆਪਾਂ ਕੋਸ਼ਿਸ਼ ਹੀ ਨਹੀਂ ਕਰਦੇ, ਕੋਸ਼ਿਸ਼ ਕਰਾਂਗੇ ਤੇ ਫਿੱਟ ਰਹਾਂਗੇ। ਉਹ ਕੁੜੀਆਂ ਕੋਸ਼ਿਸ਼ ਕਰਦੀਆਂ ਆ, ਅੱਜ ਕੱਲ ਮੁੰਡੇ ਘੱਟ ਕੁੜੀਆਂ ਜ਼ਿਆਦਾ ਫਿੱਟ ਆ, ਬਿਲਕੁਲ ਮੁੰਡੇ ਘੱਟ ਕੁੜੀਆਂ ਜ਼ਿਆਦਾ ਫਿੱਟ ਆ, ਮੁੰਡੇ ਦੇਖ ਲਓ ਇੰਨੀ ਇੰਨੀ ਬਾਹਾਂ ਲੈ ਕੇ ਘੁੰਮੀ ਜਾਂਦੇ ਪਏ ਆ, ਬਸ ਇਹ ਪਤਾ ਕਿ ਹਾਂ ਚੰਗਾ ਕੱਪੜਾ ਪਾਉਣਾ ਆ ਤੇ ਬਸ ਜੋ ਆਉਂਦਾ ਦਵੱਲੀ ਜਾਣਾ, ਖਾਈ ਜਾਣਾ, ਉਹ ਕੰਮ ਨੀ ਆਪਾਂ। ਤੇ ਕੁੜੀਆਂ ਦੇਖ ਲਓ ਕੁੜੀਆਂ ਕਿੰਨੀਆਂ ਫਿੱਟ ਆ ਅੱਜ ਦੇ ਟਾਈਮ ਦੇ ਵਿੱਚ, ਮੁੰਡੇ ਇੰਨੇ ਫਿੱਟ ਨਹੀਂ ਹੈਗੇ। ਇਸ ਕਰਕੇ ਮੈਂ ਕਹਿਣਾ ਚਾਹੁੰਦਾ ਜਿੱਦਾਂ ਕੁੜੀਆਂ ਫਿੱਟ ਆ ਨਾ, ਜਿੱਦਾਂ ਗਰਲਸ ਅੱਗੇ ਵੱਧ ਰਹੀਆਂ ਉਦਾਂ ਮੁੰਡਿਆਂ ਨੂੰ ਵੀ ਅੱਗੇ ਵਧਣਾ ਚਾਹੀਦਾ, ਤੇ ਕੁੜੀਆਂ ਮੇਨਟੇਨ ਕਰ ਲੈਂਦੀਆਂ ਆਪਣੀ ਬੋਡੀ, ਮੁੰਡਿਆਂ ਤੋਂ ਨਹੀਂ ਹੁੰਦੀ। ਜੀ ਮੈਮ, ਕੁੜੀਆਂ ਹਰ ਵਰਗ 'ਚ ਹਰ ਖੇਤਰ 'ਚ ਮੱਲਾਂ ਮਾਰਦੀਆਂ ਨੇ, ਪਰ ਅੱਜ ਅਸੀਂ ਗੱਲ ਕਰ ਰਹੇ ਹਾਂ ਜੀ ਫਿਟਨੈਸ ਦੀ, ਤੇ ਹੁਣ ਅਸੀਂ ਸਰ ਹੋਣਾ ਉਸ ਕੋਲੋਂ ਪੁੱਛਦੇ ਹਾਂ ਕਿ ਸਾਨੂੰ ਪਾਣੀ ਹੈ ਉਹ ਕਿੰਨੀ ਮਾਤਰਾ 'ਚ ਲੈਣਾ ਚਾਹੀਦਾ ਫੁੱਲ ਡੇ ਦਾ? ਬੋਡੀ ਦੇ ਵਿੱਚ ਆਪਣੀ 'ਚ ਨਾ ਮੈਮ, ਬੋਡੀ ਦੇ ਵਿੱਚ ਆਪਣੀ 70% ਪਾਣੀ ਆ ਜੀ, 70% ਆਪਣੀ ਬੋਡੀ 'ਚ ਪਾਣੀ। ਇੱਕ ਨੋਰਮਲ ਇਨਸਾਨ ਉਹ ਵੀ ਦਿਨ 'ਚ ਨਾ 8 to 10 ਗਲਾਸ ਪਾਣੀ ਦੇ ਪੀਣੇ ਹੀ ਚਾਹੀਦੇ ਆ, ਕਿਉਂਕਿ ਜਿੰਨਾ ਆਪਾਂ ਪਾਣੀ ਪੀਵਾਂਗੇ ਨਾ ਉਨਾ ਆਪਣੀ ਸਰੀਰ ਫਿੱਟ। ਇਹ ਵੀ ਨਹੀਂ ਕਿ ਲੋੜ ਤੋਂ ਜ਼ਿਆਦਾ, ਨਾ ਲੋੜ ਤੋਂ ਜ਼ਿਆਦਾ ਆਪਾਂ ਰੋਟੀ ਖਾ ਸਕਦੇ ਹਾਂ, ਜ਼ਰੂਰ ਭੁੱਖ ਤੋਂ ਜ਼ਿਆਦਾ, ਜ਼ਰੂਰਤ ਤੋਂ ਜ਼ਿਆਦਾ ਨਾ ਆਪਾਂ ਕੁਛ, ਅਗਰ ਜ਼ਰੂਰਤ ਤੋਂ ਜ਼ਿਆਦਾ ਆਪਾਂ ਕੁਛ ਵੀ ਲੈਂਦੇ ਆਪਣੀ ਬੋਡੀ ਨੂੰ ਰਿਐਕਟ ਕਰਦੀ। ਜਿੱਦਾਂ ਜ਼ਰੂਰਤ ਤੋਂ ਜ਼ਿਆਦਾ ਆਪਾਂ ਨਮਕ ਖਾਂਦੇ ਹਾਂ ਤੇ ਆਪਣੀਆਂ ਹੱਡੀਆਂ ਖੁਰਨੀਆਂ ਸ਼ੁਰੂ ਹੋ ਜਾਂਦੀਆਂ, ਕਮਜ਼ੋਰੀ ਆਉਣੀ ਸ਼ੁਰੂ ਹੋ ਜਾਂਦੀ ਆ। ਇੱਦਾਂ ਜ਼ਰੂਰਤ ਤੋਂ ਜ਼ਿਆਦਾ ਕੁਛ, ਇੱਕ ਲਿਮਿਟ ਤੱਕ ਲਓ, ਦਿਨ ਦੇ ਵਿੱਚ 8 to 9 ਗਲਾਸ 10 ਗਲਾਸ ਪਾਣੀ
ਬਹੁਤ ਆ, ਇਨਫ ਆ, ਵਧੀਆ ਆ। ਜਿਹੜੇ ਵਿਦਆਊਟ ਸਪਲੀਮੈਂਟ, ਜਿਹਨੂੰ ਜਿਹੜੇ ਕ੍ਰੀਟੀਨ ਨਹੀਂ ਲੈ ਰਹੇ, ਜਿਹੜੇ ਕ੍ਰੀਟੀਨ ਵੀ ਲੈ ਰਹੇ ਸਪਲੀਮੈਂਟਸ ਵੀ ਲੈ ਰਹੇ, ਉਹਨਾਂ ਲਈ ਤਾਂ ਮੈਮ ਦੋ ਦੋ ਤਿੰਨ ਤਿੰਨ ਲੀਟਰ ਥੋੜਾ ਆ, ਉਹਨਾਂ ਲਈ ਤਾਂ ਦੋ ਦੋ ਤਿੰਨ ਤਿੰਨ ਲੀਟਰ ਪਾਣੀ ਪੀ ਜਾਣ, ਉਹਨਾਂ ਨੂੰ ਪੀਣਾ ਪੈਣਾ। ਇੱਕ ਨੋਰਮਲ ਬੋਡੀ ਦੀ ਗੱਲ ਕਰਦਾ ਪਿਆ ਮੈਂ ਕਿ ਇੱਕ ਆਪਾਂ ਨੋਰਮਲ ਬੋਡੀ ਦੀ ਆਪਾਂ ਗੱਲ ਕਰਦੇ, ਉਹਨਾਂ ਲਈ 8 to 10 ਗਲਾਸ ਦਿਨ ਚ, ਨਾਲੇ ਹੁਣ ਗਰਮੀ ਆ, ਹੁਣ ਤਾਂ ਪਾਣੀ ਜ਼ਿਆਦਾ ਪੀਣਾ ਹੁੰਦਾ। ਠੰਡ ਚ ਮੈਂ ਮੰਨਿਆ ਕਿ ਹਾਂ ਠੰਡ ਚ ਨਹੀਂ ਪੀਤਾ ਜਾਂਦਾ, ਹਾਂ ਠੰਡ ਚ ਵੀ ਅਗਰ ਤੁਹਾਡੇ ਤੋਂ ਪਾਣੀ ਨਹੀਂ ਪੀਤਾ ਜਾਂਦਾ ਤਾਂ ਪਾਣੀ ਨੂੰ ਕੋਸਾ ਕਰਕੇ ਪੀ ਲਓ, ਜਿੱਦਾਂ ਕਹਿੰਦੇ ਨੇ ਠਰਨ ਮਾਰ ਕੇ, ਪਾਣੀ ਦੀ ਠਰਨ ਨੂੰ ਮਾਰ ਕੇ ਕੋਸਾ ਕਰਕੇ ਪੀ ਲੈਣਾ ਚਾਹੀਦਾ ਪਾਣੀ, ਪਰ ਪਾਣੀ ਜ਼ਰੂਰ ਪੀਣਾ ਚਾਹੀਦਾ ਕਿਉਂਕਿ ਪਾਣੀ ਤੁਹਾਡੀ, ਪਾਣੀ ਤੋਂ ਬਿਨਾਂ ਆਪਣੀ ਬੋਡੀ ਨਹੀਂ, ਜਿੱਦਾਂ ਕਹਿੰਦੇ ਹੁੰਦੇ ਜੱਗ ਦੇ ਪਾਣੀ ਤੋਂ ਬਿਨਾਂ ਜੀਵਨ ਹੈ ਨੀ, ਉਦਾਂ ਹੀ ਪਾਣੀ ਤੋਂ ਬਿਨਾਂ ਆਪਣੀ ਬੋਡੀ ਹੈ ਨੀ। ਬਿਲਕੁਲ ਜੀ ਮੈਮ। ਸੋ ਪਾਣੀ ਖੁੱਲ੍ਹ ਕੇ ਪੀਓ, ਪਾਣੀ ਜ਼ਰੂਰ ਪੀਓ ਕਿਉਂਕਿ ਵੈਸੇ ਵੀ ਹੁਣ ਤਾਂ ਗਰਮੀ ਹੈ, ਜੇ ਤੁਸੀਂ ਆਪਣੇ ਆਪ ਨੂੰ ਸੇਫ ਰੱਖਣਾ ਤੇ ਪਾਣੀ ਜ਼ਰੂਰ ਪੀਓ। ਅਕਸਰ ਅਸੀਂ ਗੱਲ ਕਰਦੇ ਹਾਂ ਕਿ ਜਦੋਂ ਕੰਪੀਟੀਸ਼ਨ ਸ਼ੁਰੂ ਹੁੰਦੇ ਨੇ ਜੀ, ਹੈ ਨਾ, ਜ਼ਿਆਦਾਤਰ ਮੁੰਡੇ ਜਿਹੜੇ ਉਹ ਇੰਜੈਕਸ਼ਨ ਵੀ ਲਗਾਉਂਦੇ ਨੇ ਜੀ, ਉਹ ਗਲਤ ਹੈ ਕਿ ਸਹੀ ਹੈ? ਦੇਖੋ ਜਿਨ੍ਹਾਂ ਨੇ ਤਾਂ ਆਪਣੀ ਇਹ ਗੇਮ ਕਰਨੀ ਆ, ਦੇਖੋ ਮੈਂ ਜਿੰਨਾ ਵੀ ਅੱਜ ਕੱਲ੍ਹ ਦੇਖ ਰਹੇ, ਜਿੰਨੇ ਵੀ ਮੈਨੂੰ ਦੇਖ ਰਹੇ, ਮੈਂ ਉਹਨੂੰ ਕਹਿਣਾ ਚਾਹੁੰਦਾ ਜਿਨ੍ਹਾਂ ਨੇ ਵੀ ਇਹ ਗੇਮ ਕਰਨੀ ਆ ਤੇ ਮੈਮ ਉਹ ਤਾਂ ਲਗਾਉਣਗੇ ਜੀ। ਸਟੀਰੋਇਡਸ ਬਹੁਤ ਜ਼ਰੂਰੀ, ਕਿਉਂਕਿ ਵਿਦਆਊਟ ਸਟੀਰੋਇਡਸ ਕਰਦੇ ਹਰ ਕੋਈ ਆ, ਵਿਦਆਊਟ ਸਟੀਰੋਇਡ ਸਟੇਜ ਤੇ ਚੜ੍ਹਨਾ ਉਸ ਲੈਵਲ ਦੀ ਬੋਡੀ ਲੈ ਕੇ ਇੰਪੋਸੀਬਲ ਆ। ਜਿਨ੍ਹਾਂ ਨੇ ਆ ਗੇਮ ਕਰਨੀ ਕਿ ਨਹੀਂ ਯਾਰ ਮੇਰੀ ਗੇਮ ਹੈ, ਮੈਂ ਇਹੀ ਗੇਮ ਚ ਫਿਊਚਰ ਬਣਾਉਣਾ, ਉਹਨਾਂ ਨੇ ਤਾਂ ਕਰਨਾ ਹੀ ਕਰਨਾ, ਇੰਜੈਕਸ਼ਨ ਲੈਂਦੇ ਹੀ ਲੈਂਦੇ। ਫਿਰ ਉਹਨਾਂ ਨੂੰ ਕੋਈ, ਉਹਨਾਂ ਨੇ ਵੈਸੇ ਵੀ ਗੱਲ ਕਵਾਂ, ਜਦੋਂ ਇਹ ਲੈਂਦੇ ਆ ਨਾ ਇੰਜੈਕਸ਼ਨ, ਜਿੰਨੇ ਵੀ ਕੰਪੀਟੀਸ਼ਨ ਲੈਵਲ ਖੇਡਦੇ ਆ ਇੰਜੈਕਸ਼ਨ ਲੈਂਦੇ ਆ, ਬਾਅਦ ਵਿੱਚ PCT ਵੀ ਕਰਵਾਉਂਦੇ ਆ ਆਪਣੀ, ਜਿਹਨੂੰ ਆਪਾਂ ਪੋਸਟ ਸਾਈਕਲ ਥੈਰੇਪੀ ਕਹਿ ਦਿੰਦੇ ਹਾਂ, PCT ਕਰਵਾਉਂਦੇ ਆ। PCT ਦੇ ਵਿੱਚ ਜਦੋਂ ਜਿੰਨਾ ਵੀ ਆਪਾਂ ਇੰਜੈਕਸ਼ਨ ਲਏ ਹੁੰਦੇ, ਉਹ ਤੁਹਾਡੀ ਬੋਡੀ 'ਚੋਂ ਵਾਸ਼ ਵੀ ਹੁੰਦਾ ਵਾ ਜੀ, ਉਹ ਇਸ ਕਰਕੇ ਮੈਮ ਇਹ ਮਾੜਾ ਨਹੀਂ ਹੈ, ਕਿਉਂਕਿ ਉਹਨਾਂ ਦੀ ਗੇਮ ਆ, ਉਹਨਾਂ ਨੇ ਕਰਨੀ ਹੈ। ਬਟ ਹਾਂ, ਅਗਰ ਆਪਾਂ ਸਟੇਜ ਲੈਵਲ ਨਹੀਂ ਕੰਪੀਟ ਕਰਨਾ, ਆਪਾਂ ਸਟੇਜਾਂ ਦੇ ਨਹੀਂ ਚੜ੍ਹਨਾ ਤੇ ਆਪਾਂ ਕਹੀਏ ਕਿ ਨਹੀਂ ਯਾਰ ਆਪਾਂ ਇੱਦਾਂ ਹੀ ਲਗਾਈ ਜਾਣੇ ਆ, ਤੇ ਫੇਰ ਤਾਂ ਰਿਐਕਟ ਕਰੂਗੇ ਮੈਮ, ਫੇਰ ਤਾਂ ਹਾਰਮਫੁਲ ਹੋਊਗੇ ਆਪਣੀ ਬੋਡੀ ਲਈ, ਫਿਰ ਉਹਦੇ ਕਰਕੇ ਆਪਾਂ ਹਾਰਟ ਅਟੈਕ ਦੇ ਚਾਂਸ ਵੀ ਵੱਧਦੇ ਆ, ਸਾਹ ਦੀ ਪ੍ਰੋਬਲਮ ਆ ਜਾਣਾ, ਲੀਵਰ ਚ ਫੈਟ ਆ ਜਾਣਾ, ਬੋਡੀ ਆਪਣੀ ਖਰਾਬ ਹੋ ਜਾਣੀ। ਇਸੇ ਕਰਕੇ ਮੈਮ ਜਿਹੜੇ ਤਾਂ ਲੈ ਰਹੇ ਆ, ਉਹਨਾਂ ਨੇ ਤਾਂ ਆਪਣਾ ਟੀਚਾ ਮਿੱਥਿਆ ਹੋਇਆ ਕਿ ਨਹੀਂ ਯਾਰ ਮੈਂ ਇਸੀ ਲਾਈਨ 'ਚ ਫਿਊਚਰ ਬਣਾਉਣਾ ਵਾ, ਇਸ ਕਰਕੇ ਮੈਨੂੰ ਗਰੋ ਕਰਨਾ ਪੈਣਾ, ਉਹਨਾਂ ਉਹ ਤੋਂ ਬਿਨਾਂ ਗਰੋਥ ਹੈ ਨਹੀਂ ਉਹਨਾਂ ਦੀ, ਠੀਕ ਹੈ? ਤੇ ਜਿਨ੍ਹਾਂ ਨੇ ਨਹੀਂ ਲੈਣਾ, ਉਹ ਬਸ ਇੱਕ ਨੋਰਮਲ ਫਿਟਨੈਸ ਦੇ ਲਈ ਜਿਮ ਜਾਂਦੇ ਆ, ਉਹ ਇਸ ਕਰਕੇ ਫਿੱਟ ਹੀ ਰਹਿਣ ਤਾਂ ਬਹੁਤ ਵਧੀਆ ਗੱਲ ਹੈ, ਇੱਕ ਨੋਰਮਲ ਫਿਟਨੈਸ ਹੀ ਅਚੀਵ ਕਰਨ ਤਾਂ ਬਹੁਤ ਵਧੀਆ ਗੱਲ ਹੈ। ਇਸ ਕਰਕੇ ਕਦੀ ਵੀ ਕਿਸੇ ਨੂੰ ਡੀਮੋਟੀਵੇਟ ਨਹੀਂ ਕਰਨਾ ਚਾਹੀਦਾ ਕਿ ਨਹੀਂ ਯਾਰ ਇਹਨਾਂ ਟੀਕੇ ਲਾ ਕੇ ਬੋਡੀ ਬਣਾ ਲਈ, ਟੀਕੇ ਨਹੀਂ ਲਾਏ, ਉਹਨੇ ਹਾਰਡਵਰਕ ਵੀ ਦੇਖੋ ਨਾ। ਬਿਲਕੁਲ, ਮੈਂ ਹਾਂਜੀ ਸੋਰੀ ਮੈਂ ਤੁਹਾਡੀ ਗੱਲ ਕੱਟਦੀ ਆ, ਮੈਂ ਇੰਜੈਕਸ਼ਨ ਦੀ ਗੱਲ ਇਸੇ ਕਰਕੇ ਕੀਤੀ ਕਿਉਂਕਿ ਜਿਹੜੀ ਸਾਡੀ ਯੂਥ ਹੈ, ਜਿਹੜਾ ਸਾਡਾ ਯੂਥ ਹੈ, ਜਿਹੜੀ ਨਵੀਂ ਪੀੜ੍ਹੀ ਹੈ, ਉਹ ਆਪਣੀ ਹੈਲਥ ਬਣਾਉਣ ਦੇ ਚੱਕਰ ਵਿੱਚ ਨਸ਼ੇ ਵੱਲ ਜਾ ਰਹੀ ਹੈ ਜੀ, ਹੈ ਨਾ, ਇਹ ਗਲਤ ਮੈਡੀਸਨ ਖਾ ਰਹੇ ਨੇ, ਇੰਜੈਕਸ਼ਨ ਲਗਾ ਰਹੇ ਨੇ, ਫਿਰ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਅਸੀਂ ਕਿੰਨੀ ਮਾਤਰਾ ਚ ਇਹ ਚੀਜ਼ ਲੈਣੀ ਹੈ, ਤੇ ਇਸੇ ਕਰਕੇ ਮੌਤਾਂ ਵੀ ਹੋ ਰਹੀਆਂ ਜੀ, ਹਾਰਮਫੁਲ ਕਰਦੀ ਹੈ। ਸਹੀ ਗੱਲ ਹੈ ਮੈਮ, ਕਰਦੀ ਹੈ, ਤੁਹਾਡੀ ਗੱਲ ਐਗਰੀ, ਆਈ ਐਮ ਐਗਰੀ ਵਿਦ ਯੂ ਕਿ ਹਾਂ ਤੁਹਾਡੀ, ਜਦੋਂ ਆਪਾਂ ਨਹੀਂ ਪਤਾ ਹੁੰਦਾ ਨਾ ਆਪਾਂ ਨੂੰ, ਕਹਿੰਦੇ ਹੁੰਦੇ ਜੇ ਆਪਾਂ ਨੂੰ ਕਿਸੇ ਲਾਈਨ ਬਾਰੇ ਪਤਾ ਨਹੀਂ, ਆਪਾਂ ਉਸ ਲਾਈਨ 'ਚ ਵੜ ਕੇ ਜਿਹੜੇ ਰਾਹ ਦਾ ਪਤਾ ਨਹੀਂ ਉਸ ਰਾਹ 'ਤੇ ਜਾ ਕੇ ਕੀ ਲੈਣਾ। ਬਿਲਕੁਲ, ਹੁਣ ਜੇ ਆਪਾਂ ਕਿਸੇ ਕੋਚ ਦੇ ਅੰਡਰ ਵਧੀਆ ਕੋਚ ਦੇ ਅੰਡਰ ਆਪਾਂ ਨਹੀਂ ਗਾਈਡੈਂਸ ਲੈ ਰਹੇ ਜੀ, ਤੇ ਫਿਰ ਉਹ ਆਪਣੀ ਬੋਡੀ ਨੂੰ ਖਰਾਬ ਹੀ ਕਰੂਗਾ, ਤੇ ਫਿਰ ਆਪਾਂ ਉਮੀਦ ਕਿੱਥੋਂ ਕਰ ਲਈਏ ਕਿ ਨਹੀਂ ਯਾਰ ਮੈਂ ਕਿਸੇ ਨੂੰ ਪੁੱਛਿਆ ਹੈ ਨਹੀਂ, ਠੀਕ ਹੈ, ਆਪਣੇ ਆਪ ਹੀ ਕਰ ਲਿਆ ਜੋ ਕਰ ਲਿਆ, ਆਪਣੇ ਆਪ ਨੂੰ ਇੰਜੈਕਟ ਕਰ ਲਿਆ, ਆਪਣੇ ਆਪ ਨੂੰ ਟੈਬਲੇਟਸ ਖਾ ਲਈਆਂ, ਸਭ ਕੁਝ ਖਾ ਲਿਆ, ਬਾਅਦ ਚ ਬੋਡੀ ਹਾਰਮਫੁਲ ਹੋ ਗਈ ਤੇ ਮੈਂ ਇਹਦੀ ਅਚਾਨਕ ਇੱਦਾਂ ਡੈਥ ਹੋ ਗਈ ਜਾਂ ਕੁਝ ਹੋ ਗਿਆ, ਤੇ ਫਿਰ ਲੋਕਾਂ ਨੇ ਵੀ ਖੁਦ ਕਹਿਣਾ ਕਿ ਨਹੀਂ ਯਾਰ ਆਪਣੇ ਆਪ ਕਰਦਾ ਸੀਗਾ, ਕਿਸੇ ਟ੍ਰੇਨਰ ਦੇ ਅੰਡਰ ਨਹੀਂ ਸੀ, ਕਿਸੇ ਕੋਚ ਦੇ ਅੰਡਰ। ਇਸੇ ਕਰਕੇ ਟ੍ਰੇਨਰ ਦਾ ਹੋਣਾ ਨਾ, ਗੁਰੂ ਦਾ ਹੋਣਾ ਤੁਹਾਡੀ ਲਾਈਫ 'ਚ ਬਹੁਤ ਮੈਟਰ ਕਰਦਾ ਵਾ, ਗੁਰੂ ਤੁਹਾਨੂੰ ਰਾਹ ਦਿੰਦਾ ਆ, ਚੱਲਣਾ ਕਿੱਦਾਂ ਆ ਉਹ ਤੁਹਾਡੇ ਡਿਪੈਂਡ ਕਰਦਾ ਆ। ਬਿਲਕੁਲ, ਗੁਰੂ ਦੀ ਬਾਂਹ ਫੜ ਕੇ ਚੱਲੂਗੇ ਤੇ ਅੱਗੇ ਵੱਜੂਗੇ, ਜੇ ਉਹ ਤੋਂ ਬਿਨਾਂ ਚੱਲੂਗੇ ਤੇ ਫਿਰ ਤਾਂ ਕਾਲੀਆਂ ਅੱਗੇ ਟੋਈ ਆ ਮੈਮ, ਫਿਰ ਉਹੀ ਗੱਲ ਆ ਗਈ। ਸਭ ਤੋਂ ਵੱਡਾ ਗੁਰੂ ਤੁਹਾਡੇ ਘਰ ਵਿੱਚ ਬੈਠਾ ਹੈ, ਤੁਹਾਡੇ ਮਾਤਾ ਪਿਤਾ,
ਜੋ ਤੁਹਾਨੂੰ ਸਹੀ ਰਾਹ 'ਤੇ ਲਾਉਂਦੇ ਨੇ। ਹਾਂ, ਤੁਸੀਂ ਬਣਨਾ ਕੀ ਹੈ, ਤੁਹਾਡੀ ਇੱਕ ਲਾਈਫ ਦਾ ਏਮ ਕੀ ਹੈ, ਟੀਚਾ ਕੀ ਹੈ, ਉਹ ਇੱਕ ਤੁਹਾਨੂੰ ਜਿਹੜਾ ਤੁਸੀਂ ਆਪਣੇ ਗੁਰੂ ਕੋਲ ਜਾਂਦੇ ਹੋ ਉਹ ਤੁਹਾਨੂੰ ਦੇਖ ਕੇ ਦੱਸ ਦਿੰਦੇ ਕਿ ਤੁਸੀਂ ਕਿਸ ਚੀਜ਼ ਦੇ ਵਿੱਚ ਪ੍ਰਤੱਖ ਹੋ, ਕਿਸ ਚੀਜ਼ ਦੇ ਵਿੱਚ ਤੁਸੀਂ ਬਿਲਕੁਲ ਪਰਿਪੂਰਨ ਹੋ, ਤੁਸੀਂ ਉਹ ਚੀਜ਼ ਨੂੰ ਕਰੋ। ਕਿਉਂਕਿ ਹਮੇਸ਼ਾ ਸਲਾਹ ਲੈਣੀ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ। ਅਸੀਂ ਆਪ ਮੁਹਾਰੇ ਚੱਲ ਪੈਂਦੇ ਹਾਂ ਅਤੇ ਆਪ ਮੁਹਾਰੇ ਫਿਰ ਅਸੀਂ ਠੋਕਰਾਂ ਵੀ ਖਾਂਦੇ ਹਾਂ, ਹੈ ਨਾ। ਅਤੇ ਗੁਰੂ ਦਾ ਹੋਣਾ, ਜਿਸ ਤਰ੍ਹਾਂ ਕਿ ਸੌਰਵ ਜੀ ਨੇ ਕਿਹਾ ਕਿ ਗੁਰੂ ਦਾ ਹੋਣਾ ਲਾਈਫ 'ਚ ਬਹੁਤ ਜ਼ਿਆਦਾ ਜ਼ਰੂਰੀ ਹੈ, ਗੁਰੂ ਦੇ ਦੱਸੇ ਹੋਏ ਰਾਹ 'ਤੇ ਚੱਲੋ ਅਤੇ ਤੁਸੀਂ ਜ਼ਿੰਦਗੀ 'ਚ ਸਕਸੈਸ ਪਾਉਂਦੇ ਹੋ। ਜੀ, ਜਾਂਦੇ ਜਾਂਦੇ ਕੀ ਮੈਸੇਜ ਦਿਓਗੇ? ਜਾਂਦੇ ਜਾਂਦੇ ਮੈਮ, ਜਿਨ੍ਹਾਂ ਨੇ ਜਿਹੜੇ ਲੋਕ ਜਿਮ ਕਰਦੇ ਆ, ਜਿੰਨਾ ਵੀ ਯੂਥ ਯੰਗ 20 ਸਾਲ ਦਾ 21 ਸਾਲ ਜਿੰਨੇ ਵੀ ਜਿਮ ਕਰਦੇ ਆ, ਵੀ ਹਾਂ ਜਿਹੜੇ ਕਹਿ ਰਹੇ ਆ ਬੋਡੀ ਮੇਰੀ ਨਹੀਂ ਬਣਦੀ ਜਾਂ ਹਾਲੇ ਨਵੇਂ ਨਵੇਂ ਜਿਮ ਲਾਈਨ 'ਚ ਪਏ ਆ, ਉਹਨਾਂ ਨੂੰ ਮੈਂ ਇੱਕ ਸਲਾਹ ਦੇਣਾ ਚਾਹੁੰਦਾ ਕਿ ਲੋਟ ਆਫ ਹਾਰਡ ਵਰਕ ਹੈ ਇਸ ਲਾਈਨ ਦੇ ਵਿੱਚ, ਲੋਟ ਆਫ ਹਾਰਡ ਵਰਕ। ਅਗਰ ਇਸ ਲਾਈਨ 'ਚ ਆਏ ਹੋ ਨਾ ਤਾਂ ਤੁਹਾਨੂੰ ਇਹ ਦੇਖ ਲਓ ਕਿ ਅੱਖਾਂ ਬੰਦ ਕਰ ਲਓ ਅਤੇ ਹਾਰਡ ਵਰਕ ਕਰੀ ਜਾਓ, ਬਸ ਹਾਰਡ ਵਰਕ ਕਰੋਗੇ ਇੱਕ ਨਾ ਇੱਕ ਦਿਨ ਤੁਹਾਡੀ ਬੋਡੀ ਜ਼ਰੂਰ ਬਣੇਗੀ। ਔਰ ਜਦੋਂ ਬਣੇਗੀ ਇੱਕੋ ਦਮ ਬਣੇਗੀ, ਅਤੇ ਜਦੋਂ ਬਣਦੀ ਹੈ ਨਾ ਤਾਂ ਆਪਣੇ ਆਪ 'ਤੇ ਮਾਣ ਹੁੰਦਾ ਕਿ ਹਾਂ ਯਾਰ ਮੈਂ ਮਿਹਨਤ ਵੀ ਕਰ ਰਿਹਾ ਅਤੇ ਮੈਨੂੰ ਫਲ ਵੀ ਮਿਲ ਰਿਹਾ। ਮਿਹਨਤ ਕਰੋ, ਮਿਹਨਤਾਂ ਨਾਲ ਸਭ ਕੁਛ ਆ, ਮਿਹਨਤ ਤੋਂ ਬਿਨਾਂ ਕੁਝ ਨਹੀਂ ਆ। ਇਸ ਕਰਕੇ ਵਧੀਆ ਆ ਤਰੀਕਾ, ਹਾਰਡ ਵਰਕ ਕਰੀ ਜਾਓ ਅਤੇ ਲਾਈਫ 'ਚ ਅੱਗੇ ਵਧੀ ਜਾਓ। ਸੌਰਵ ਜੀ, ਕੁਝ ਪਰਸਨ ਹੁੰਦੇ ਨੇ ਜੋ ਨੋਨ ਵੈਜ ਖਾ ਲੈਂਦੇ ਜੀ, ਕੁਝ ਹੁੰਦੇ ਨੇ ਜੋ ਪਿਓਰ ਵੈਜੀਟੇਰੀਅਨ ਹੁੰਦੇ ਜੀ, ਉਹਨਾਂ ਲਈ ਕੀ ਕਰਨਾ ਚਾਹੀਦਾ ਕਿ ਘਰ ਬਹਿ ਕੇ ਆਪਣੀ ਕਿਹੜੀ ਡਾਈਟ ਇਹੋ ਜਿਹੀ ਤਿਆਰ ਕਰ ਲੈਣ ਜਿਹੜਾ ਨੂੰ ਇਹ ਚੀਜ਼ ਦਾ ਪਰਹੇਜ਼ ਹੀ ਨਾ ਰਹੇ? ਦੇਖੋ ਮੈਮ, ਕਈਆਂ ਦਾ ਨਾ ਮਿਥ ਹੁੰਦਾ ਵਾ ਕਿ ਹਾਂ ਯਾਰ ਇਹ ਨੋਨ ਵੈਜ ਖਾਂਦਾ ਵਾ ਤੇ ਇਹਦੀ ਬੋਡੀ ਬਣ ਜਾਣੀ ਆ, ਮੈਂ ਨੋਨ ਵੈਜ ਨਹੀਂ ਖਾਂਦਾ ਤੇ ਮੇਰੀ ਬੋਡੀ ਨਹੀਂ ਬਣਨੀ, ਏਦਾਂ ਤਾਂ ਕੁਝ ਨਹੀਂ ਆ। ਵੈਜੀਟੇਰੀਅਨ ਦੇ ਵਿੱਚ ਹੀ ਬਹੁਤ ਜ਼ਿਆਦਾ ਆਪਸ਼ਨਸ ਆ, ਪਨੀਰ ਹੋ ਗਿਆ, ਠੀਕ ਹੈ, ਪਨੀਰ ਹੋ ਗਿਆ, ਦਾਲਾਂ ਹੋ ਗਈਆਂ, ਛੋਲੇ ਹੋ ਗਏ, ਦੁੱਧ ਹੋ ਗਿਆ, ਓਟਸ ਹੋ ਗਏ, ਬਨਾਨਾਸ ਹੋ ਗਏ, ਫਰੂਟਸ ਹੋ ਗਏ, ਡਰਾਈ ਫਰੂਟਸ ਹੋ ਗਏ, ਕਿੰਨੀਆਂ ਆਪਸ਼ਨਸ ਆ। ਸਿਰਫ ਆਪਾਂ ਉਹ ਚੀਜ਼ ਨੂੰ ਦੇਖਦੇ ਹਾਂ ਜੋ ਆਪਣੀ ਨੈਗੇਟਿਵ ਪਾਸੇ ਜਾ ਰਹੀ, ਕਿ ਨਹੀਂ ਯਾਰ ਜੇ ਮੈਂ ਆਂਡੇ ਖਾਊਂਗਾ, ਚਿਕਨ ਖਾਊਂਗਾ ਤਾਂ ਮੇਰੀ ਬੋਡੀ ਬਣਨੀ ਆ, ਅਦਰਵਾਈਜ਼ ਮੇਰੀ ਬੋਡੀ ਨਹੀਂ ਬਣਨੀ। ਆਹ ਦੇਖੋ ਮੈਂ ਤੁਹਾਨੂੰ ਕਿੰਨੇ ਸੋਰਸ ਦੱਸੇ ਪ੍ਰੋਟੀਨ ਦੇ, 9-10 ਚੀਜ਼ਾਂ ਤਾਂ ਮੈਂ ਗਣਾਤੀਆਂ ਕਿ ਹਾਂ ਇਹ ਕੱਲੇ ਵੈਜੀਟੇਰੀਅਨ ਵੈਜੀਟੇਬਲਸ ਵੈਜੀਟੇਰੀਅਨਸ ਹੀ ਆਉਂਦੀਆਂ, ਉਬਲੀਆਂ ਸਬਜ਼ੀਆਂ ਵੈਜੀਟੇਬਲਸ ਹੋ ਗਈਆਂ, ਇਹ ਸਾਰੇ ਮੈਂ ਤੁਹਾਨੂੰ ਦੱਸ ਦਿੱਤੇ। ਤੇ ਫਿਰ ਵੀ ਜੇ ਆਪਾਂ ਨਾ ਖਾਈਏ ਤੇ ਆਪਣੀ ਗਲਤੀ ਹੋਈ ਨਾ ਮੈਮ, ਨੋਨ ਵੈਜ ਵਾਲੀ ਬੋਡੀ ਤੇ ਵੀ ਹਾਂ ਯਾਰ ਇਹ ਨੋਨ ਵੈਜ ਖਾਂਦਾ ਇਹਦੀ ਬਣ ਸਕਦੀ, ਮੇਰੀ ਕਿਉਂ ਨੀ ਬਣ ਸਕਦੀ, ਇੱਦਾਂ ਦਾ ਕੁਝ ਨਹੀਂ ਹੈ ਮੈਮ। ਸਾਰਾ ਆਪਣੇ ਤੇ ਆਪਣੇ ਮੰਨਣ ਤੇ ਆ, ਜਦੋਂ ਆਪਾਂ ਮੰਨਦੇ ਹਾਂ ਕਿ ਹਾਂ ਮੈਂ ਆਪਣੀ ਵੈਜੀਟੇਬਲਸ ਖਾ ਕੇ ਵੀ ਬੋਡੀ ਬਣਾ ਸਕਦਾ, ਵੈਜੀਟੇਰੀਅਨ ਮੈਂ ਵੈਜੀਟੇਰੀਅਨ ਹੋ ਕੇ ਵੀ ਬੋਡੀ ਬਣਾ ਸਕਦਾ ਨਾ, ਤਾਂ ਕੋਈ ਉਹਦੀ ਬਣ ਜਾਂਦੀ ਆ। ਜਿਹਨੇ ਸੋਚ ਕੇ ਬੈਠਾ ਕਿ ਨਹੀਂ ਯਾਰ ਜੇ ਮੈਂ ਨੋਨ ਵੈਜ ਖਾਊਂਗਾ ਤਾਂ ਮੇਰੀ ਬੋਡੀ ਬਣਨੀ, ਨਹੀਂ ਖਾ ਸਕਦਾ ਤੇ ਮੇਰੀ ਬੋਡੀ ਨਹੀਂ ਬਣਨੀ, ਇੱਦਾਂ ਦਾ ਕੁਝ ਨਹੀਂ ਹੈ ਮੈਮ। ਇਸ ਕਰਕੇ ਧਿਆਨ ਦਿਓ ਆਪਣੀ ਡਾਈਟ ਤੇ, ਫੋਕਸ ਕਰੋ, ਮਾਰਕੀਟ 'ਚ ਜਾ ਕੇ ਦੇਖੋ ਕਿ ਹਾਂ ਮੈਂ ਵੈਜੀਟੇਰੀਅਨ, ਵੈਜੀਟੇਰੀਅਨ 'ਚ ਕੀ ਡਾਈਟਸ ਆਉਂਦੀ ਆ, ਸਟੱਡੀ ਕਰੋ, ਇੰਟਰਨੈਟ ਆ, ਗੂਗਲ ਆ ਮੈਮ, ਯੂਟਿਊਬ ਆ, ਇੰਸਟਾਗ੍ਰਾਮ ਆ, ਸਭ ਕੁਛ ਆ, ਦੇਖੋ, ਸਟੱਡੀ ਕਰੋ। ਬਿਲਕੁਲ, ਅਸਲ 'ਚ ਜਿਹੜੀ ਸੋਸ਼ਲ ਐਪਸ ਹੈਗੀਆਂ ਇਹ ਇਹਨਾਂ ਚੀਜ਼ਾਂ ਕਰਕੇ ਹੀ ਹੈ ਜੀ। ਅਸੀਂ ਚੰਗੀਆਂ ਚੀਜ਼ਾਂ ਨਹੀਂ ਦੇਖਦੇ, ਮਾੜੀਆਂ ਚੀਜ਼ਾਂ ਦੇਖ ਲੈਂਦੇ ਹਾਂ, ਉਹਨੂੰ ਐਕਸੈਪਟ ਕਰ ਲੈਂਦੇ ਹਾਂ, ਅਤੇ ਉਸ ਤੋਂ ਬਾਅਦ ਜਿਹੜੇ ਸਾਈਡ ਇਫੈਕਟ ਉਹ ਸਾਡੀ ਬੋਡੀ 'ਤੇ ਹੁੰਦੇ। ਇੱਕ ਗੱਲ ਕਰਦੇ ਹਾਂ ਚੀਟ ਮੀਲ ਦੀ ਜੀ, ਇਹ ਕੀ ਹੈ ਚੀਟ ਮੀਲ? ਮੈਮ ਹਰ ਕਿਸੇ ਨੂੰ ਜ਼ਰੂਰੀ ਹੁੰਦਾ, ਬੋਡੀ ਬਿਲਡਰ ਵੀ ਚੀਟ ਮੀਲ ਲੈਂਦਾ, ਨੋਰਮਲ ਜਿਹੜਾ ਜਿਮ ਜਾਂਦਾ ਉਹ ਵੀ ਚੀਟ ਮੀਲ ਲੈਂਦਾ, ਅਤੇ ਜੰਗ ਜਿੰਨੇ ਯੂਥ ਆ ਜੰਕ ਫੂਡ ਫਾਸਟ ਫੂਡ ਇਹ ਤਾਂ ਡੇਲੀ ਚੀਟ ਮੀਲ ਲੈਂਦੇ ਹੀ ਲੈਂਦੇ ਆ। ਦੇਖੋ ਚੀਟ ਮੀਲ ਦਾ ਨਾ ਇੱਕ ਡੇ ਰੱਖੋ, ਉਹ ਵੀ ਇੱਕ ਲਿਮਿਟ ਤੱਕ ਦਾ, ਕਿ ਹਾਂ ਯਾਰ ਅੱਜ ਮੰਨ ਲਓ ਮੈਂ ਸੰਡੇ ਆ, ਅੱਜ ਮੇਰੀ ਰੈਸਟ ਆ, ਤੇ ਮੈਂ ਅੱਜ ਚੀਟ ਮੀਲ ਲੈ ਸਕਦਾ, ਪਰ ਇੱਕ ਮਾਤਰਾ ਦੇ ਵਿੱਚ, ਇੱਕ ਜਸਟ ਇੱਕ ਨੋਰਮਲ ਮਾਤਰਾ ਹੋਵੇ ਚੀਟ ਮੀਲ ਲੈਣ ਦੀ। ਇਹ ਨਹੀਂ ਕਿ ਹਾਂ ਅੱਜ ਸੰਡੇ ਆ ਗਈ ਤੇ ਹਫਤੇ ਦੀ ਕਸਰ ਸਾਰੀ ਅੱਜ ਹੀ ਕੱਢ ਦੇਣੀ ਆਪਾਂ, ਏਦਾਂ ਤਾਂ ਕੁਛ ਨਹੀਂ ਕਰਨਾ। ਇੱਕ ਮਾਤਰਾ ਚੀਟ ਮੀਲ ਵੀ ਲਓ, ਇੱਕ ਮਾਤਰਾ ਚ ਲਓ ਕਿ ਹਾਂ ਅੱਜ ਸੰਡੇ ਆ, ਅੱਜ ਮੈਂ ਚੀਟ ਮੀਲ ਲੈਣ ਦਾ ਮਨ ਕਰ ਰਿਹਾ, ਲੈ ਲਓ 15 ਦਿਨ ਬਾਅਦ, ਲੈ ਲਓ 10 ਦਿਨ ਬਾਅਦ, ਲੈ ਲਓ। ਇਹ ਨਹੀਂ ਕਿ ਰੋਜ਼ ਹੀ ਲਈਏ ਆਪਾਂ, ਹਰ ਹਫਤੇ ਵੀ ਮੈਮ ਮੈਂ ਇਹਨਾਂ ਦੇ ਅਵੋਇਡ ਕਰੋ,
ਹਾਂ ਜੇ ਦਿਲ ਕਰਦਾ 15-15 ਦਿਨ ਬਾਅਦ ਲੈ ਲਓ, 10-10 ਦਿਨ ਬਾਅਦ ਲੈ ਲਓ ਵੀ ਹਾਂ ਲਓ ਮਾਤਰਾ ਦੇ ਵਿੱਚ ਕਿ ਹਾਂ ਯਾਰ ਜੇ ਅੱਜ ਮੇਰਾ ਚਟਪਟਾ ਖਾਣ ਨੂੰ ਮਨ ਕਰਦਾ, ਅੱਜ ਮੇਰਾ ਬਰਗਰ ਜਾਂ ਮੇਰਾ ਪੀਜ਼ਾ ਖਾਣ ਨੂੰ ਮਨ ਕਰਦਾ ਤੇ ਮੈਂ ਖਾਇਆ ਨਾ, ਪਰ ਮੈਂ ਲਿਮਿਟ ਦਾ ਖਾ ਕੇ ਆਵਾਂ ਕਿ ਜਿਹਦੇ ਕਰਕੇ ਬੋਡੀ ਹਾਰਮਫੁਲ ਨਾ ਹੋਵੇ ਮੇਰੀ, ਠੀਕ ਹੈ ਕਿ ਨਹੀਂ? ਇੱਕ ਚੀਟ ਮੀਲ ਲਓ ਮਾਤਰਾ ਚ ਲਓ, ਅਦਰਵਾਈਜ਼ ਆਪਣੇ ਜਿਮ ਤੇ ਧਿਆਨ ਦਿਓ। ਬਿਲਕੁਲ ਹਾਂਜੀ, ਆਪਣੀ ਬੋਡੀ ਤੇ ਧਿਆਨ ਦਿਓ ਕਿ ਇੱਕ ਹਫ਼ਤਾ ਤੁਸੀਂ ਲਗਾਤਾਰ ਜਿਮ ਕੀਤਾ, ਐਕਸਰਸਾਈਜ਼ ਕੀਤੀ ਹੈ, ਤੁਹਾਡੇ ਮਸਲ ਬਹੁਤ ਬਿਲਡ ਹੋ ਗਏ ਨੇ ਜਾਂ ਤੁਹਾਡੇ ਮਸਲ ਸਟਰੋਂਗ ਹੋ ਗਏ ਨੇ, ਅਸੀਂ ਕਹਿੰਦੇ ਕਿ ਬੋਡੀ ਜਿਹੜੀ ਹੈ ਮਸਕੂਲਰ ਬਣ ਗਈ ਹੈ, ਪਰ ਜਦੋਂ ਇੱਕ ਹਫ਼ਤੇ ਦਾ ਚੀਟ ਮੀਲ ਆਉਂਦਾ, ਚੀਟ ਮੀਲ 'ਚ ਜੋ ਸਾਡਾ ਕੀਤਾ ਕਰਾਇਆ ਹਫ਼ਤੇ ਦਾ, ਅਸੀਂ ਇੱਕ ਦਿਨ 'ਚ ਖਤਮ ਕਰ ਦਿੰਦੇ ਹਾਂ। ਜਿਸ ਤਰ੍ਹਾਂ ਸੌਰਵ ਜੀ ਨੇ ਕਿਹਾ ਕਿ ਬਿਲਕੁਲ ਮਾਤਰਾ ਵਿੱਚ ਲਓ, ਬਿਲਕੁਲ ਬਹੁਤ ਸੋਹਣੀ ਗੱਲ ਹੈ, ਖਾਣਾ ਪੀਣਾ ਚਾਹੀਦਾ ਕਿਉਂਕਿ ਇਹ ਸਰੀਰ ਖਾਣ ਵਾਸਤੇ ਬਣਿਆ। ਜੀ ਜੀ ਜੀ, ਖਾਓ ਪਰ ਹਰ ਚੀਜ਼ ਨੂੰ ਲਿਮਿਟ ਚ ਖਾਓ, ਜਿਹੜੀ ਤੁਹਾਡੇ ਸਰੀਰ ਚ ਕੰਮ ਕਰੇ, ਨਾ ਕਿ ਸਾਈਡ ਇਫੈਕਟ ਲੈ ਕੇ ਆਵੇ। ਜੀ, ਸਰੀਰ ਆਪਣਾ ਖਾਣ ਵਾਸਤੇ ਬਣਿਆ, ਇਹ ਤੁਹਾਡੀ ਗੱਲ ਸਹੀ ਹੈ ਮੈਮ, ਸਰੀਰ ਆਪਣਾ ਖਾਣ ਵਾਸਤੇ ਬਣਿਆ, ਪਰ ਆਪਾਂ ਕੀ ਖਾਂਦੇ ਆ ਤੇ ਕੀ ਪੀਂਦੇ ਆ ਇਹ ਆਪਣੇ ਡਿਪੈਂਡ ਕਰਦਾ। ਹੁਣ ਜੇ ਮੈਂ ਪਾਣੀ ਨੂੰ ਅਵੋਇਡ ਕਰਕੇ ਕੋਲਡ ਡਰਿੰਕਸ ਹੀ ਪੀ ਜਾਵਾਂ, ਤੇ ਆਪਣੀ ਰੋਟੀ ਨੂੰ ਅਵੋਇਡ ਕਰਕੇ ਜਾਂ ਆਪਣੀ ਨੋਰਮਲ ਪ੍ਰੋਟੀਨ ਵਾਲੇ ਸੋਰਸ ਨੂੰ ਅਵੋਇਡ ਕਰਕੇ ਤੇ ਮੈਂ ਹੀ ਜੰਕ ਫੂਡ ਹੀ ਖਾਈਆਂ, ਬਰਗਰ ਪੀਜ਼ੇ ਨੂਡਲਸ ਹੋ ਗਏ ਉਹੀ ਖਾਈ ਜਾਵਾਂ, ਤੇ ਮੈਂ ਕਿੱਦਾਂ ਫਿੱਟ ਰਹਿ ਲੂੰਗਾ? ਕੱਲ ਨੂੰ ਅੱਜ ਮੈਂ ਚੀਟ ਮੀਲ ਸ਼ੁਰੂ ਕਰ ਦਿੰਦਾ ਅਗਰ ਮੈਂ ਇਹ ਸਾਰੀ ਡਾਇਟ ਲੈਂਦਾ ਕਿ ਹਾਂ ਮੈਂ ਜੰਕ ਫੂਡ ਖਾ ਰਿਹਾ, ਫਾਸਟ ਫੂਡ ਖਾ ਰਿਹਾ, ਠੀਕ ਹੈ, ਮਿਸ ਹੈਪਨਿੰਗ ਵਾਲਾ ਫੂਡ ਖਾ ਰਿਹਾ ਜਿਹੜੇ ਨਹੀਂ ਮੈਨੂੰ ਪਚ ਰਿਹਾ, ਤੇ ਮੇਰੀ ਬੋਡੀ ਖਰਾਬ ਹੋਣ ਨੂੰ ਇੱਕ ਮਹੀਨਾ ਲੱਗਣਾ ਬਸ, ਇੱਕ ਮਹੀਨੇ ਦੇ ਵਿੱਚ ਮੇਰੀ ਪੂਰੀ ਮਿਹਨਤ ਜਿਹਨੇ 2-3 ਸਾਲਾਂ ਦੀ ਕੀਤੀ ਹੈ ਸਾਰੀ ਮਿੱਟੀ, ਠੀਕ ਹੈ ਕਿ ਨਹੀਂ? ਇਸ ਕਰਕੇ ਉਹ ਲਓ ਜੋ ਤੁਹਾਡੀ ਬੋਡੀ ਨੂੰ ਜ਼ਰੂਰਤ ਆ, ਉਹ ਨਾ ਲਓ ਜੋ ਤੁਹਾਡੀ ਬੋਡੀ ਨੂੰ ਜ਼ਰੂਰਤ ਹੀ ਨਹੀਂ ਹੈ। ਖਾਣ ਪੀਣ ਲਈ ਬਣੀਆਂ ਚੀਜ਼ਾਂ ਖਾਓ, ਪਰ ਇੱਕ ਟੇਸਟ ਲਈ, ਇਹ ਨਹੀਂ ਕਿ ਉਹਨੂੰ ਹੈਬਿਟ ਬਣਾ ਲਓ, ਉਹਨੂੰ ਹੈਬਿਟ ਨਹੀਂ ਬਣਾਉਣਾ ਆਪਾਂ ਚੀਜ਼ ਨੂੰ, ਇੱਕ ਟੇਸਟ ਵਾਸਤੇ ਖਾਓਗੀ, ਹਾਂ ਯਾਰ ਇੱਕ ਚੱਲ ਟੇਸਟ ਕਰਕੇ ਦੇਖਦੇ ਹਾਂ ਚੀਜ਼ ਦਾ ਟੇਸਟ ਕੀ ਆ, ਟੇਸਟ ਲਈ ਖਾਓ ਤਾਂ ਵਧੀਆ ਆ, ਠੀਕ ਹੈ, ਜੇ ਆਪਣੀ ਜ਼ਰੂਰਤ ਲਈ, ਜ਼ਰੂਰਤ ਲਈ ਖਾਓ, ਹਲਕਾ ਜਿਹਾ ਖਾਓ, ਪਰ ਉਹਨੂੰ ਆਦਤ ਨਾ ਬਣਾਓ, ਕਿਸੇ ਵੀ ਚੀਜ਼ ਦੀ ਆਦਤ ਮਾੜੀ ਆ, ਕਿਸੇ ਵੀ ਚੀਜ਼ ਦੀ ਆਦਤ ਮਾੜੀ ਆ। ਇਸ ਮੈਂ ਦੁਬਾਰਾ ਕਹਿ ਰਿਹਾ ਕਿਸੇ ਵੀ ਆਪਣੇ ਯੰਗ ਯੂਥ ਨੂੰ ਵੀ ਕਹਿ ਰਿਹਾ, ਕਿਸੇ ਵੀ ਚੀਜ਼ ਖਾਓਗੇ ਤੇ ਆਦਤ ਮਾੜੀ ਹੀ ਮਾੜੀ ਆ, ਇਸ ਕਰਕੇ ਲਿਮਿਟ ਦਾ ਖਾਓ। ਜੀ, ਇਹ ਜੀਭ ਦਾ ਸਵਾਦ ਹੈ, ਤੁਸੀਂ ਇਸਨੂੰ ਜਿਸ ਤਰ੍ਹਾਂ ਦਾ ਟੇਸਟ ਦੇ ਦੋਗੇ, ਇਹ ਤੁਹਾਡੀ ਬੋਡੀ ਨੂੰ ਉਸ ਤਰ੍ਹਾਂ ਦਾ ਵਧੀਆ ਲੱਗਣਾ ਸ਼ੁਰੂ ਹੋ ਜਾਏਗਾ। ਜੇ ਨਮਕੀਨ ਖਾਂਦੇ ਹੋ ਤੇ ਲਿਮਿਟ 'ਚ ਖਾਓ, ਜੇ ਮਿੱਠਾ ਵੀ ਖਾਂਦੇ ਹੋ ਤੇ ਉਹ ਵੀ ਲਿਮਿਟ 'ਚ ਖਾਓ। ਬਹੁਤ ਸਾਰੀਆਂ ਗੱਲਾਂ ਕੀਤੀਆਂ ਅਸੀਂ ਫਿਟਨੈਸ ਬਾਰੇ ਤੇ ਬਹੁਤ ਸਾਰੀ ਜਾਣਕਾਰੀ ਵੀ ਪ੍ਰਾਪਤ ਕੀਤੀ, ਪਰ ਹੁਣ ਅਸੀਂ ਗੱਲ ਕਰਦੇ ਹਾਂ ਜਿਨ੍ਹਾਂ ਦਾ ਵੇਟ 120-130 ਹੈ, ਚਾਹੇ ਉਹ ਜੈਂਟਸ ਨੇ ਚਾਹੇ ਲੇਡੀਜ਼ ਨੇ, ਉਹਨਾਂ ਨੂੰ ਕਹਿ ਦਿੱਤਾ ਜਾਂਦਾ ਕਿ ਤੁਸੀਂ ਨਾ ਥੋੜ੍ਹੇ ਦਿਨ ਲਈ ਰੋਟੀ ਬੰਦ ਕਰ ਦਿਓ ਜੀ, ਇਹ ਚੀਜ਼ਾਂ ਨਾ ਖਾਓ, ਕੀ ਇਹ ਸਹੀ ਹੈ? ਦੇਖੋ ਮੈਮ, ਅਚਾਨਕ ਜਦੋਂ ਰੋਟੀ ਬੰਦ ਕਰ ਦਿੰਦੇ ਨਾ, ਚਾਹੇ ਲੇਡੀਜ਼ ਹੋਵੇ ਚਾਹੇ ਮੈਨਸ ਹੋਵੇ ਚਾਹੇ ਜੈਂਟਸ, ਅਗਰ ਆਪਾਂ ਫੈਟ ਲੋਸ ਤੇ ਹੈਗੇ ਆ, ਮੰਨ ਲਓ ਮੇਰਾ ਵੇਟ 110 ਕੇਜੀ ਆ ਤੇ ਮੈਂ ਫੈਟ ਲੋਸ ਤੇ ਆ ਕਿ ਨਹੀਂ ਯਾਰ ਮੈਂ 90 ਕੇਜੀ ਲੈ ਕੇ ਆਉਣਾ, ਤੇ ਮੈਂ ਇੱਕੋ ਦਮ ਰੋਟੀ ਬੰਦ ਕਰਦਾ ਤੇ ਉਹ ਤੇ ਫਿਰ ਮੈਨੂੰ ਵੀਕਨੈਸ ਹੀ ਆਣੀ ਆ, ਠੀਕ ਹੈ, ਤੇ ਹੋਰ ਇੱਕੋ ਦਮ ਤੁਸੀਂ ਮੰਨ ਲਓ ਰੋਟੀਆਂ ਖਾ ਰਹੇ ਹੋ, ਅਚਾਨਕ ਤੁਸੀਂ ਆਪਣੀ ਬੋਡੀ ਨੂੰ ਬੰਦ ਕਰ ਦੋਗੇ ਰੋਟੀਆਂ ਦੇਣੀਆਂ ਤੇ ਕਰ ਜਾਣਾ, ਤੁਹਾਡੀ ਬੋਡੀ ਰਿਐਕਟ ਕਰ ਜਾਣਾ ਕਿ ਹਾਂ ਬੁਖਾਰ ਚੜ੍ਹ ਜਾਣਾ, ਟਾਈਫਾਈਡ ਹੋ ਜਾਣਾ, ਮੇਰੇ ਅੱਖੀ ਇੰਸੀਡੈਂਟ ਹੁੰਦੇ ਆ ਮੈਮ, ਇੱਦਾਂ ਰੋਟੀ ਛੱਡਤੀ, ਫਰੂਟਸ ਤੇ ਆ ਗਏ, ਸਭ ਕੁਛ ਕਰਤਾ, ਕਰੋ ਖਾਓ ਜੂ, ਪਰ ਘੱਟ ਮਾਤਰਾ 'ਚ ਦਿਨ ਦੀਆਂ, ਜਿੱਦਾਂ ਮੰਨ ਲਓ ਜਿੱਥੇ ਤੁਸੀਂ 4 ਰੋਟੀਆਂ ਖਾਂਦੇ ਉੱਥੇ ਦਿਨ ਦੀਆਂ 2 ਕਰ ਦਿਓ, ਦਿਨ ਦੀਆਂ ਤੁਸੀਂ 5 ਰੋਟੀਆਂ ਖਾਂਦੇ ਉੱਥੇ ਦਿਨ ਦੀਆਂ 2.5 ਕਰ ਦਿਓ, ਘੱਟ ਮਾਤਰਾ 'ਚ ਖਾਓ ਤੇ 1 ਮੀਲ ਡਿਵਾਈਡ ਕਰ ਕਰਕੇ ਖਾਓ, ਇੱਦਾਂ ਹੀ ਫੈਟ ਲੋਸ ਹੁੰਦੀ ਹੈ ਮੈਮ। ਅਚਾਨਕ ਸਭ ਕੁਛ ਨਾ ਬੰਦ ਕਰੋ ਕਿ ਹਾਂ ਤੁਹਾਡੀ ਅਚਾਨਕ ਤੁਹਾਡੀ ਬੋਡੀ ਨੂੰ ਆਦਤ ਪਈ ਆ ਰੋਟੀਆਂ ਖਾਣ ਦੀ ਤੇ ਸਭ ਕੁਛ, ਆਪਾਂ ਅਚਾਨਕ ਹੀ ਇੱਕਦਮ ਇੱਕ ਦਿਨ ਫੈਸਲਾ ਕੀਤਾ, ਰਾਤੀ ਸੁਪਨਾ ਆਇਆ ਮੈਨੂੰ ਤੇ ਅਗਲੇ ਦਿਨ ਸੋਚ ਲਿਆ ਕਿ ਹਾਂ ਨਹੀਂ ਯਾਰ ਮੈਂ ਰੋਟੀਆਂ ਹੀ ਬੰਦ ਕਰਤੀਆਂ, ਸਭ ਕੁਛ ਬੰਦ ਕਰਤਾ, ਮੈਂ ਸਿੰਸੀਅਰ ਹੋ ਗਿਆ, ਤੇ ਫਿਰ ਤੁਹਾਡੀ ਬੋਡੀ ਨੂੰ ਫੀਵਰ ਹੀ ਹੋਣਾ, ਹਾਰਮਫੁਲ ਹੀ ਹੋਣੀ ਤੁਹਾਡੀ ਬੋਡੀ, ਉਸ ਤੋਂ ਬਾਅਦ ਤੁਹਾਨੂੰ ਟਾਈਫਾਈਡ ਬਿਮਾਰੀਆਂ ਸਾਰੀਆਂ ਲੱਗਣੀਆਂ, ਵੀਕਨੈਸ ਆਉਣਾ, ਅੱਖਾਂ ਵਿੱਚ ਵੜ ਜਾਣੀਆਂ, ਡਾਰਕ ਸਰਕਲ ਆ ਜਾਣੇ ਅੱਖਾਂ ਤੇ, ਉਹ ਫਿਰ ਸਹੀ ਨਹੀਂ ਹੁੰਦਾ ਮੈਮ। ਇਸ ਕਰਕੇ ਰੋਟੀ ਵੀ ਬੰਦ ਕਰੋ ਤੇ ਘੱਟ ਮਾਤਰਾ 'ਚ ਕਰੋ, ਹੌਲੀ ਹੌਲੀ ਛੱਡੋ, ਹੌਲੀ ਹੌਲੀ ਜਦੋਂ ਕੋਈ ਚੀਜ਼ ਛੱਡਦੇ ਨਾ ਤੇ ਫਿਰ ਉਹ ਵਧੀਆ ਰਹਿੰਦੀ ਆ, ਯਕਦਮ ਛੱਡਣੀ ਬਹੁਤ
ਔਖੀ ਹੁੰਦੀ ਆ। ਹਾਂਜੀ ਮੈਂ ਵੈਸੇ ਇੱਕ ਨੋਰਮਲੀ ਕੁਐਸਚਨ, ਪਤਲੇ ਹੋਣ ਲਈ ਕੀ ਨਹੀਂ ਖਾਣਾ ਚਾਹੀਦਾ? ਅਕਸਰ ਇਹ ਸਵਾਲ ਹੁੰਦਾ ਕਿ ਮੈਂ ਪਤਲੇ ਹੋਣਾ, ਮੈਂ ਕੀ ਖਾਵਾਂ, ਕੀ ਨਹੀਂ ਖਾਣਾ ਚਾਹੀਦਾ? ਉਹੀ ਮੈਮ, ਆਪਾਂ ਫਿਰ ਉੱਪਰ ਡਾਇਟ ਤੇ ਆਪਣੀ ਗੱਲ ਆ ਜਾਣੀ ਕਿ ਹਾਂ ਪਤਲੇ ਹੋਣ ਲਈ ਆਪਾਂ ਨੂੰ ਕੀ ਨਹੀਂ ਖਾਣਾ ਚਾਹੀਦਾ। ਓਇਲੀ ਫੂਡ ਖਾਂਦੇ ਆ ਸਾਰੇ ਜਾਣੇ, ਓਇਲੀ ਫੂਡ ਹੋ ਗਿਆ, ਨਿਊਡਲਸ ਹੋ ਗਏ, ਬਰਗਰਸ ਹੋ ਗਏ, ਈਵਨਸ ਕਿ ਬਟਰ ਚਿਕਨ ਅੱਜ ਮੇਰਾ ਖਾਂਦਾ ਜਦੋਂ ਕਿਸੇ ਦਿਲ ਦਾ ਬਟਰ ਚਿਕਨ ਹੋ ਗਿਆ। ਦੇਖੋ ਆਪਾਂ ਕਿੰਨਾ ਓਇਲੀ ਫੂਡ ਖਾ ਰਹੇ, ਕਿੰਨਾ ਜੰਕ ਖਾ ਰਹੇ ਆ, ਕਿੰਨਾ ਫਾਸਟ ਫੂਡ ਖਾ ਰਹੇ ਆ, ਤੇ ਆਪਾਂ ਐਕਸਪੈਕਟ ਕਰਦੇ ਕਿ ਨਹੀਂ ਯਾਰ ਆਪਾਂ ਪਤਲੇ ਹੋ ਜਾਗੇ, ਏਦਾਂ ਦਾ ਕੁਛ ਨਹੀਂ ਹੁੰਦਾ ਮੈਮ, ਸੱਚੀ ਨਹੀਂ ਕੁਛ ਹੁੰਦਾ। ਇਸ ਕਰਕੇ ਅਗਰ ਤੁਸੀਂ ਪਤਲੇ ਹੋਣਾ ਤੇ ਤੁਹਾਨੂੰ ਸੰਸੀਅਰ ਹੋਣਾ ਪੈਣਾ ਵਾ, ਬਿਲਕੁਲ ਬਿਨਾਂ ਸੰਸੀਅਰਨੈਸ ਤੋਂ ਕੁਝ ਨਹੀਂ ਹੈਗਾ। ਸੰਸੀਅਰ ਹੋਵੋ, ਆਪਣੀ ਬੋਡੀ ਦਾ ਸਟਰਕਚਰ ਠੀਕ ਕਰੋ, ਹੌਲੀ ਹੌਲੀ 6 ਮਹੀਨੇ ਚ ਸਾਲ ਚ ਸਭ ਕੁਛ ਸੈੱਟ ਆ ਜਾਂਦਾ, ਬਸ ਇੱਕ ਹੈਬਿਟ ਬਣ ਜਾਂਦੀ ਆ। ਇੱਕ ਦੋ ਮਹੀਨੇ ਤੁਸੀਂ ਕਰੋ, ਤੁਹਾਡੀ ਹੈਬਿਟ ਬਣ ਗਈ, ਤੁਹਾਡੀ ਆਦਤ ਬਣ ਗਈ, ਫਿਰ ਤੁਸੀਂ ਦੇਖਿਓ ਆਪਣੇ ਆਪ ਤੇ, ਆਪਣੇ ਆਪ ਨੂੰ 6 ਮਹੀਨੇ ਬਾਅਦ ਦੇਖਿਓ ਤੁਸੀਂ ਕਿੱਥੇ ਸਟੈਂਡ ਕਰੋਗੇ। ਤੁਸੀਂ ਕਹਿਣਾ ਮੈਂ ਹੀ ਮੈਂ, ਪਰ ਇੰਨੀ ਵੀ ਨਹੀਂ ਮੈਂ ਬੋਲਣੀ ਕਿ ਹਾਂ ਔਖਾ ਹੀ ਹੋ ਜਾਵੇ ਬਾਅਦ ਵਿੱਚ। ਜੀ ਬਿਲਕੁਲ ਜੀ ਬਿਲਕੁਲ। ਸਰ ਜੀ ਗੱਲ ਪੁੱਛਣੀ ਚਾਹਾਂਗੀ ਹੋਰ ਕਿ ਜਿਮ ਜਾਣ ਦੀ ਕਿੰਨੀ ਉਮਰ ਹੋਣੀ ਚਾਹੀਦੀ, ਕੁੜੀਆਂ ਦੀ ਵੀ ਤੇ ਮੁੰਡਿਆਂ ਦੀ ਵੀ, ਕਿਹੜੀ ਉਮਰ 'ਚ ਜਿਮ ਜਾਣ? ਦੇਖੋ ਮੈਮ, ਮੈਂ ਆਪਣੀ ਜਿਮ ਦੇ ਵਿੱਚ ਜਿੱਥੇ ਮੈਂ ਕੰਮ ਕਰਦਾ ਵਾਂ, ਉੱਥੇ ਜਿਮ 'ਚ ਮੈਂ ਇੱਦਾਂ ਵੀ ਦੇਖੀ ਕਿ 15-15 16-16 ਸਾਲ ਦੇ ਮੁੰਡੇ ਵੀ ਕਰਦੇ ਆ। ਤੇ ਜਦੋਂ ਮੈਂ ਉਹਨਾਂ ਨਾਲ ਗੱਲ ਕਰਦਾ ਨਾ, ਅੱਜ ਮੇਰੀ 21 ਈਅਰ ਆ, 21 ਸਾਲ ਦਾ ਵਾ ਮੈਂ, 21 ਸਾਲ 'ਚ ਮੈਂ ਆਪਣੇ ਆਪ ਨੂੰ ਫਿੱਟ ਰੱਖਿਆ, ਤੇ ਤੁਹਾਨੂੰ ਮੈਂ ਦੱਸਿਆ 16 ਸਾਲ ਤੋਂ ਮੈਂ ਇਸ ਲਾਈਨ 'ਚ ਪੈ ਚੁੱਕਾ ਸੀਗਾ। ਤੇ ਅੱਜ ਜਦੋਂ ਮੈਂ 16-16 ਸਾਲ ਦੇ 15-15 ਸਾਲ ਦੇ ਮੁੰਡਿਆਂ ਨਾਲ ਗੱਲ ਕਰਦਾ ਨਾ ਕਿ ਹਾਂ ਯਾਰ ਤੁਹਾਡਾ ਕੀ ਟਾਰਗੇਟ ਇੰਨੀ ਇੰਨੀ ਜਲਦੀ ਏਜ ਦੇ ਵਿੱਚ ਤੁਸੀਂ ਕਿਉਂ ਜਿੰਮ ਆ ਰਹੇ ਹੋ, ਤੇ ਉਹ ਕਹਿੰਦੇ ਸਰ ਅਸੀਂ ਆਪਣੇ ਆਪ ਨੂੰ ਫਿੱਟ ਰੱਖਣ ਲਈ ਆ ਰਹੇ ਹਾਂ। ਜਿੰਮ ਜਾਣ ਦੀ ਏਜ ਸਿਰਫ ਹੈ ਆਪਣੀ 14 ਸਾਲ ਤੋਂ ਬਾਅਦ ਜਾਓ, 15-16 ਸਾਲ ਤੋਂ ਬਾਅਦ ਜਾਓ ਵੀ ਹਾਂ 15-16 ਸਾਲ ਏਜ ਹੋ ਗਈ ਆਪਣੀ, ਵਧੀਆ ਆਪਾਂ ਜਿੰਮ ਕਰ ਰਹੇ ਹਾਂ। ਅਗਰ ਆਪਾਂ ਜਲਦੀ ਜਾਣਾ ਚਾਹੁੰਦੇ ਤੇ ਉਹ ਐਕਟੀਵਿਟੀਆਂ ਕਰੋ ਜਿਹਦੇ ਨਾਲ ਆਪਣੀ ਬੋਡੀ ਦੀ ਗਰੋਥ ਨਾ ਰੁਕੇ। ਜਿੰਮ ਜਾ ਰਹੇ ਹੋ ਤੁਸੀਂ, ਜਲਦੀ ਜਾ ਰਹੇ ਹੋ, ਵਧੀਆ ਗੱਲ ਆ, ਤੁਹਾਨੂੰ ਫਿਰ ਟਾਈਮ ਸਿਰ ਅਕਲ ਆ ਗਈ ਆ, ਵਧੀਆ ਗੱਲ ਆ। ਔਰ ਜਦੋਂ ਤੁਸੀਂ ਮੈਮ ਜਲਦੀ ਉਮਰ ਜਾਣ ਦਾ ਨਾ ਫਾਇਦਾ ਇਹ ਵੀ ਹੁੰਦਾ ਬੋਡੀ ਦਾ ਕਿ ਆਪਣੀ ਬੋਡੀ ਨੂੰ ਇੱਕ ਆਦਤ ਬਣ ਜਾਂਦੀ ਆ ਕਿ ਹਾਂ ਯਾਰ ਮੈਂ 15-16 ਸਾਲ ਦੀ 14 ਸਾਲ ਦੀ ਉਮਰ ਤੋਂ ਜਿੰਮ ਲੱਗ ਗਿਆ, ਠੀਕ ਆ, ਮੈਂ ਉਹ ਐਕਟੀਵਿਟੀ ਕਰਾਂ ਜਾ ਕੇ ਜਿਹੜੀਆਂ ਮੇਰੀ ਬੋਡੀ ਦੀ ਗਰੋਥ ਨਾ ਰੋਕਣ, ਨਾ ਕਿ ਉਹ ਐਕਟੀਵਿਟੀ ਕਰਾਂ ਜਿਹੜੀਆਂ ਮੇਰੀ ਗਰੋਥ ਰੋਕ ਦੇਣ ਤੇ ਬਾਅਦ ਵਿੱਚ ਮੈਨੂੰ ਆਪਣਿਆਂ ਨੂੰ 20 ਸਾਲ 'ਚ ਨਾ ਪਹੁੰਚ ਕੇ ਅਫਸੋਸ ਹੋਵੇ ਕਿ ਨਹੀਂ ਯਾਰ ਮੈਂ ਕਿਉਂ ਇੰਨੀ ਜਲਦੀ ਜਿੰਮ ਸ਼ੁਰੂ ਕਰਤੀ। ਕਿਉਂਕਿ ਉਦੋਂ ਤੁਹਾਡੀ ਜਿਹੜੀ ਬੋਨਸ ਹੁੰਦੀ ਹੈ, ਤੁਹਾਡੀਆਂ ਹੱਡੀਆਂ ਹੁੰਦੀਆਂ, ਕੱਚੀਆਂ ਵੀ ਹੁੰਦੀਆਂ, ਅਲਰਟ ਉਮਰ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਪਰ ਕੋਈ ਵੀ ਕੰਮ ਹੈ ਥੋੜਾ ਜਿਹਾ ਗੈਪ ਆ ਕੇ ਜ਼ਰੂਰ ਕਰਿਆ ਕਰੋ, ਬਿਕੋਜ਼ ਸਿਹਤ ਤੁਹਾਡੀ ਆਪਣੀ ਹੈ, ਤੁਹਾਡੇ ਆਪਣੇ ਹੱਥ ਹੈ ਤੁਸੀਂ ਉਹਨੂੰ ਸਹੀ ਰੱਖਣਾ ਹੈ ਜਾਂ ਫਿਰ ਤੁਸੀਂ ਉਹਨੂੰ ਖਰਾਬ ਕਰ ਦੇਣਾ ਹੈ। ਜੀ ਇਹ ਮੈਮ ਇੱਕ ਪੀਕ ਏਜ ਹੁੰਦੀ ਆ, ਇਹ ਇੱਕ ਪੀਕ ਏਜ ਹੁੰਦੀ ਆ ਆਪਣਾ, ਜਦੋਂ ਆਪਾਂ ਕਰਦੇ ਨਾ ਇਸ ਉਮਰ 'ਚ ਕਹਿੰਦੇ ਹੁੰਦੇ ਨਾ, ਹਾਂ ਜਦੋਂ 18-20 ਸਾਲ ਦੇ ਬੰਦੇ ਹੋ ਜਾਂਦੇ, 25-26 ਸਾਲ ਤੱਕ ਆਪਣੇ ਆਪ ਨੂੰ ਸਾਂਭ ਲਿਆ ਤੇ ਅੱਗੇ ਜਾ ਕੇ ਲਾਈਫ ਸੈੱਟ ਹੋ ਜਾਂਦੀ ਆ। ਅਗਰ ਉਹ ਤੋਂ ਪਹਿਲਾਂ ਹੀ ਆਪਾਂ ਨਸ਼ਿਆਂ 'ਚ ਪੈ ਕੇ ਆਪਣੀ ਲਾਈਫ ਨੂੰ ਖਰਾਬ ਕਰ ਲਿਆ ਤਾਂ ਫਿਰ ਉਹ ਸਾਰੀ ਉਮਰ, ਇਹੀ ਮੈਂ ਗੱਲ ਕਰਦਾ ਕਿ ਸਾਰੀ ਉਮਰ ਆਪਣੇ ਨਾਲ ਚੱਲਦਾ ਉਹ ਸਭ ਕੁਛ। ਇਹ ਇੱਕ ਪੀਕ ਏਜ ਹੁੰਦੀ ਹੈ। ਅਗਰ ਇਸੀ ਉਮਰ 'ਚ ਆਪਣੇ ਆਪ ਨੂੰ ਤੁਸੀਂ ਫਿੱਟ ਰੱਖਣਾ ਸ਼ੁਰੂ ਕਰਤਾ, ਜਿੰਨੇ ਵੀ ਆਪਣੇ ਦੇਖ ਰਹੇ, ਮੈਂ ਦੱਸ ਉਹਨਾਂ ਨੂੰ ਸਲਾਹ ਦੇਣੀ ਚਾਹੁੰਦਾ ਕਿ ਇਸੀ ਉਮਰ 'ਚ ਅਗਰ ਤੁਸੀਂ ਆਪਣੇ ਆਪ ਨੂੰ ਫਿੱਟ ਰੱਖਣਾ ਸ਼ੁਰੂ ਕਰਤਾ ਤੇ ਅੱਗੇ ਜਾ ਕੇ ਇਹ ਚੀਜ਼ ਤੁਹਾਡੇ ਨਾਲ ਲਾਈਫ ਟਾਈਮ ਰਹਿਣੀ ਹੈ। ਅਗਰ ਇਸੀ ਉਮਰ ਤੁਸੀਂ ਆਪਣੇ ਆਪ ਨਾਲ ਸਟਰਕਚਰ ਖਰਾਬ ਰੱਖਿਆ, ਆਪਣੀ ਬੋਡੀ ਨੂੰ ਬਿਮਾਰੀਆਂ ਲਾਈਆਂ, ਸਭ ਕੁਛ ਕੀਤਾ, ਤੇ ਫਿਰ ਅੱਗੇ ਜਾ ਕੇ ਤੁਸੀਂ ਐਕਸਪੈਕਟ ਕਰੋਗੇ ਨਹੀਂ ਯਾਰ ਮੈਂ ਫਿੱਟ ਹੋ ਜਾਗਾ, ਏਦਾਂ ਦਾ ਕੁਛ ਨਹੀਂ ਹੋਣਾ। ਅੱਗੇ ਜਾ ਕੇ ਫਿਰ ਪਤਾ ਤਾਂ ਬਾਅਦ 'ਚ ਲੱਗਦਾ ਹੁੰਦਾ ਮੈਮ, 30+ ਤੋਂ ਬਾਅਦ ਜਦੋਂ 30 ਸਾਲ ਦੀ ਉਮਰ ਹੋ ਜਾਂਦੀ, 30-35 ਸਾਲ ਤੋਂ ਜਦੋਂ ਬੰਦਾ ਟੱਪ ਜਾਂਦਾ ਆ ਜਾਂ ਗਰਲਸ ਜਾਂ ਵੂਮੈਨ ਟੱਪ ਜਾਂਦੀ ਆ, ਫਿਰ ਪਤਾ ਲੱਗਦਾ ਕਿ ਹਾਂ ਯਾਰ ਮੈਂ ਕੀਤਾ ਕੀ ਉਸ ਟਾਈਮ ਤੇ। ਹੱਥੋਂ ਨਿਕਲਿਆ ਸਮਾਂ ਕਦੀ ਹੱਥ ਨਹੀਂ ਆਉਂਦਾ, ਨਹੀਂ ਆਉਂਦਾ ਬਿਲਕੁਲ। ਇਸ ਲਈ ਕਹਿੰਦੇ ਨੇ ਸਵੇਰ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਰੱਬ ਦਾ ਨਾਂ ਲਿਆ ਕਰੋ, ਫਿਰ ਮੈਡੀਟੇਸ਼ਨ ਕਰਿਆ ਕਰੋ, ਐਕਸਰਸਾਈਜ਼ ਕਰਿਆ ਕਰੋ, ਵਾਕ ਕਰਿਆ ਕਰੋ, ਘੱਟੋ ਘੱਟ ਪੂਰੇ ਦਿਨ ਵਿੱਚ 1 ਘੰਟਾ ਸੈਰ ਤਾਂ ਬਹੁਤ ਜ਼ਿਆਦਾ ਜ਼ਰੂਰੀ ਹੈ। ਫਿਰ ਚਾਹੇ ਉਹ 30 ਸਾਲ ਦਾ ਹੈ, ਚਾਹੇ 25 ਸਾਲ ਦਾ ਹੈ, ਚਾਹੇ ਉਹ 50 ਸਾਲ ਦਾ ਹੈ, 1 ਘੰਟਾ ਸੈਰ
ਜ਼ਰੂਰ ਕਰੋ। ਬਹੁਤ ਬਹੁਤ ਥੈਂਕਸ ਕਰਾਂਗੇ ਸੌਰਵ ਜੀ ਦਾ ਇੰਨੀਆਂ ਸਾਰੀਆਂ ਗੱਲਾਂ ਦੱਸਣ ਲਈ। ਸੋ ਕਦੀ ਵੀ ਤੁਸੀਂ ਆਪਣੀ ਫਿਟਨੈਸ ਦੇ ਵੱਲ ਧਿਆਨ ਦਿਓ ਤੇ ਹਮੇਸ਼ਾ ਆਪਣੇ ਗੁਰੂ ਦੇ ਨਾਲ ਗੱਲਬਾਤ ਜ਼ਰੂਰ ਕਰੋ, ਸਲਾਹ ਮਸ਼ਵਰਾ ਜ਼ਰੂਰ ਕਰੋ। ਜ਼ਿੰਦਗੀ 'ਚ ਸਲਾਹ ਲੈਣੀ ਤੇ ਸਲਾਹ ਦੇਣੀ ਬਹੁਤ ਚੰਗੀ ਗੱਲ ਹੈ। ਚੰਗੀ ਸਲਾਹ ਹੈ ਤਾਂ ਉਸਨੂੰ ਰੱਖ ਲਿਓ, ਮਾੜੀ ਸਲਾਹ ਹੈ ਤਾਂ ਉਸਨੂੰ ਛੱਡ ਦਿਓ। ਸੋ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਸਾਡੇ ਸ਼ੋਅ ਵਿੱਚ ਪਹੁੰਚਣ ਲਈ। ਸੋ ਅਗਲੇ ਪ੍ਰੋਗਰਾਮ ਵਿੱਚ ਜ਼ਰੂਰ ਕਿਸੇ ਖਾਸ ਪਰਸਨੈਲਿਟੀ ਨਾਲ ਮਿਲਾਵਾਂਗੇ। ਸਤਿ ਸ਼੍ਰੀ ਅਕਾਲ।